ਅੱਤ ਤੇ ਖੁਦਾ ਦਾ ਵੈਰ ਆ ਜਿਹੜਾ ਇਹ ਅੜੀਅਲ ਵਤੀਰਾ ਇਸ ਸਰਕਾਰ ਨੇ ਫੜਿਆ ਹੋਇਆ ਹੈ ਕਿ ਸਰਕਾਰ ਨੂੰ ਇਸ ਅੜੀਅਲ ਵਤੀਰੇ ਨੇ ਖਤਮ ਕਰਨਾ ਉੱਥੇ ਤੇ ਆਲ ਓਵਰ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਹੋਏ ਤੁਸੀਂ ਵੇਖਦੇ ਹੋ ਤੁਸੀਂ ਉੱਥੇ ਜਾਂਦੇ ਹੋ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਹੋਏ ਨੇ ਪਰ ਅਫਸੋਸ ਕਿ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਕਿਸੇ ਗੱਲ ਦੀ ਬਜ਼ੁਰਗ ਬੀਬੀਆਂ 80-80 ਸਾਲ ਦੀਆਂ 90-90 ਸਾਲ ਦੀਆਂ ਬੀਬੀਆਂ ਉੱਥੇ ਬੈਠੀਆਂ ਨੇ ਛੋਟੇ ਛੋਟੇ ਬੱਚੇ ਬੈਠੇ ਨੇ ਬਜ਼ੁਰਗ ਬੈਠੇ ਨੇ ਜਿਹੜੇ ਸ਼ਹਾਦਤਾਂ ਦੇ ਰਹੇ ਨੇ ਕੀ ਸਰਕਾਰ ਅੰਨੀ ਬੋਲੀ ਹੋ ਗਈ ਸੁਣੀ ਨਹੀਂ ਰਹੀ ਕਿਹੜੀ ਦੁੱਖ ਦੀ ਗੱਲ ਅਤੇ ਉਹ ਸਾਰੇ ਸਾਰੇ ਖੇਤ ਤੇ ਆਉਣੇ ਚਾਹੁੰਦੇ ਨੇ ਕੌਣ ਦੇ ਦੇਗਾ ਉਹਨਾਂ ਨੂੰ ਕਦੀ ਨਹੀਂ ਦੇ ਸਕਦੇ ਕਿਸਾਨ ਮਰਦੇ ਮਰ ਜਾਣਗੇ ਇਹ ਜਿੰਨਾ ਮਰਜ਼ੀ ਅੰਤ ਵੇਖਣਾ ਵੇਖ ਲੈਣ ਮੋਦੀ ਸਰਕਾਰ ਜਿੰਨਾ ਮਰਜ਼ੀ ਭਾਜਪਾ ਸਰਕਾਰ ਜਿੰਨਾ ਮਰਜ਼ੀ ਅੰਤ ਵੇਖ ਲਵੇ ਇਸ ਜਿਹੜੇ ਉੱਥੇ ਮੋਰਚੇ 'ਤੇ ਗਏ ਹੋਏ ਨੇ ਇਹਨਾਂ ਨੇ ਵਾਪਸ ਨਹੀਂ ਆਉਣਾ ਇਹ ਸ਼ਹਾਦਤ ਲੈ ਲੈਣਗੇ ਸ਼ਹੀਦੀ ਪਾ ਲੈਣਗੇ ਲੇਕਿਨ ਇਹ ਵਾਪਸ ਨਹੀਂ ਆਉਣਗੇ ਫਤਿਹ ਕਰਕੇ ਆਉਣਗੇ 250 ਝੜੇ ਵਾਲੀ ਗੱਲ ਹੈ ਇੱਥੇ ਤਾਂ ਉਹ ਗੱਲ ਹੋਣੀ ਹੈ ਪਰ ਅਫਸੋਸ ਇਹਨਾਂ ਦੇ ਕੰਨ ਤੋਂ ਜੂ ਨਹੀਂ ਸਰਕ ਰਹੀ ਸਿੱਖਿਜ਼ਮ ਜਿਹੜਾ ਸੀ ਨਾ ਇਸ ਵੇਲੇ ਸੱਚ ਜਾਣਨਾ ਇਸ ਅੰਦੋਲਨ ਨੇ ਸਿੱਖਿਜ਼ਮ ਨੂੰ ਹਾਈਲਾਈਟ ਕਰ ਦਿੱਤਾ ਸਿੱਖਾਂ ਦੀ ਭਾਵਨਾ ਆ ਹੁਣ ਨਕਸਲੀ ਹਮਲਾ ਹੋਇਆ ਉੱਥੇ ਇੱਕ ਸਿੱਖ ਨੇ ਆਪਣੀ ਆ ਤੁਸੀਂ ਪੱਗ ਦੀ ਗੱਲ ਕੀਤੀ ਹੈ ਮੈਂ ਇਹਦਾ ਜਵਾਬ ਦੇ ਰਿਹਾ ਕਿ ਉੱਥੇ ਇੱਕ ਸਿੱਖ ਨੇ ਆਪਣੀ ਪੱਗ ਉਤਾਰ ਕੇ ਨਾਲ ਦਾ ਜਿਹੜਾ ਜਵਾਨ ਜ਼ਖਮੀ ਹੋਇਆ ਸੀ ਉਹਦੇ ਜ਼ਖਮ ਬੰਨੇ ਉਹਦੀ ਜਾਨ ਬਚਾਈ ਉਹਨੂੰ ਸਨਮਾਨ ਵਜੋਂ ਪੱਗ ਦਿੱਤੀ ਗਈ ਕਹਿਣ ਤੋਂ ਭਾਵ ਇਸ ਪੱਗੜੀ ਦੀ ਜਿਹੜੀ ਇੱਜ਼ਤ ਹੋ ਰਹੀ ਹੈ ਅੱਜ ਉਹ ਇਸ ਅੰਦੋਲਨ ਨਾਲ ਸੱਚ ਜਾਣਨਾ ਬਹੁਤ ਜ਼ਿਆਦਾ ਵਧੀਆ ਹੈ ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ ਪੰਜਾਬੀ ਦੀ ਕਹਾਵਤ ਹੈ ਹੁਣ ਜਿਉਂ ਜਿਉਂ ਇਹ ਕਾਲੇ ਕਾਨੂੰਨਾਂ ਨੂੰ ਟਾਈਮ ਲਾ ਰਿਹਾ ਵਾਪਸ ਲੈਣ 'ਚੋਂ ਉਹਨਾਂ ਇਹਨਾਂ ਦਾ ਨੁਕਸਾਨ ਹੋ ਰਿਹਾ ਅੱਜ ਪੰਜਾਬ ਦੀ ਧਰਤੀ 'ਤੇ ਕੋਈ ਵੀ ਭਾਜਪਾ ਦਾ ਲੀਡਰ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਚਾਹੇ ਉਹ ਖਰਾ ਹੋ ਸਕਦਾ ਹੈ ਕਿ ਭਾਜਪਾ ਵਿੱਚ ਵਧੀਆ ਲੀਡਰ ਵੀ ਹੋਵੇ ਪਰ ਲੇਕਿਨ ਉਹਦੀ ਵਿਰੋਧਤਾ ਹੋ ਰਹੀ ਹੈ ਕਿਉਂਕਿ ਉਹਦੇ ਉੱਤੇ ਬਿੱਲਾ ਭਾਜਪਾ ਦਾ ਲੱਗਾ ਹੋਇਆ ਉਹਦੇ ਉੱਤੇ ਸਟੈਂਪ ਭਾਜਪਾ ਦੀ ਲੱਗੀ ਹੋਈ ਹੈ ਲੋਕ ਕਿਵੇਂ ਉਹਨੂੰ ਮਾਫ਼ ਕਰਨ ਉਹਨਾਂ ਨੂੰ ਤਾਂ ਉਹਦੇ ਵਿੱਚ ਮੋਦੀ ਦੀ ਦਾ ਕਾਲੇ ਕਾਨੂੰਨ ਦੀ ਦੇ ਅਤੇ ਕਿਹੜੀ ਗੱਲ ਹੈ ਇਹ ਤਾਂ ਗੱਲ ਹੀ ਕੁਛ ਨਹੀਂ ਗੀ ਇਹ 3 ਕੀ ਇੱਥੇ 30 ਕਾਲੇ ਕਾਨੂੰਨ ਰੱਦ ਕਰਾ ਸਕਦੇ ਹਾਂ ਅਸੀਂ ਕੀ ਲੱਗਦਾ ਕਿ ਸਿਲੇਬਸ ਵੀ ਆਊਗਾ ਲੋਕਾਂ ਨੂੰ ਪੜਾਇਆ ਜਾਊਗਾ ਵੀ ਕਹਿੰਦੇ ਕਿਨੂੰ ਨੇ ਮੋਰਚਾ ਕਿਨੂੰ ਕਹਿੰਦੇ ਨੇ ਮੈਂ ਕਿਹਾ ਅਸੀਂ ਆਉਣ ਵਾਲੇ ਸਮੇਂ ਵਿੱਚ ਹੁਣ ਵੀ ਗਾਉਣ ਵਾਰਾਂ ਗਾਉਂਦੇ ਹਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਇਤਿਹਾਸ ਦੀਆਂ ਇਸ ਮੋਰਚੇ ਦੀਆਂ ਵਾਰਾਂ ਗਾਇਆ ਕਰਾਂਗੇ ਇਹ ਸ਼ੱਕ ਵਾਲੀ ਗੱਲ ਨਹੀਂ ਇਹ ਇੱਕ ਸਾਡਾ ਮੀਲ ਪੱਥਰ ਬਣ ਜਾਏਗਾ ਔਰ ਆਉਣ ਵਾਲੇ ਜਿਹੜੀਆਂ ਸਾਡੀਆਂ ਨਸਲਾਂ ਉਹ ਇਹਨਾਂ ਗੱਲਾਂ ਨੂੰ ਯਾਦ ਕਰਨਗੀਆਂ ਆਹ ਜਿਹੜੇ ਸਾਡੇ ਸ਼ਹੀਦ ਹੋਏ ਨੇ ਇਹਨਾਂ ਦੀ ਸ਼ਹਾਦਤਾਂ ਦੇ ਚੌਂਕ ਬਣਨਗੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ 3 ਖੇਤੀ ਬਿੱਲਾਂ ਨੂੰ ਲੈ ਕੇ ਅੱਜ ਵੀ ਕਿਸਾਨ ਜੋ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਹੈ ਹਰ ਵਿਅਕਤੀ ਨੇ ਹਰ ਅਦਾਰੇ ਨੇ ਕਿਸਾਨਾਂ ਦੀ ਸਪੋਰਟ ਕੀਤੀ ਹੈ ਚਾਹੇ ਧਾਰਮਿਕ ਪੱਖੋਂ ਹੋਵਣ ਚਾਹੇ ਕਈ ਇਹੋ ਜਿਹੇ ਵੀ ਲੋਕ ਨੇ ਅਦਾਰੇ ਨੇ ਆੜ੍ਹਤੀ ਵੀ ਹੋਣ ਜਿਨ੍ਹਾਂ ਨੇ ਕਿਸਾਨਾਂ ਨੂੰ ਸਪੋਰਟ ਕੀਤੀ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਢਾਡੀ ਪਾਰਸ ਨਾਲ ਉਹਨਾਂ ਕੋਲੋਂ ਜਾਣਾਂਗੇ ਕਿ ਕਿਸਾਨੀ ਦਾ ਮੂਲ ਮਹੱਤਵ ਕੀ ਹੈ ਕਿਸਾਨੀ ਜੋ ਖੇਤੀ ਹੈ ਸਾਡੇ ਪੁਰਖਿਆਂ ਨੇ ਦਿੱਤੀ ਸੀ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕਰਦਾ ਹੁੰਦਾ ਕਿ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ ਕਿਸਾਨ ਦੀ ਰੋਟੀ ਦੇ ਉੱਤੇ ਇਹ ਨਹੀਂ ਲਿਖਿਆ ਹੁੰਦਾ ਕਿ ਉਹ ਕਿਸ ਧਰਮ ਦੀ ਹੈ ਕਿਸਾਨ ਨੂੰ ਧਰਮ ਵਿੱਚ ਨਹੀਂ ਵੰਡਣਾ ਚਾਹੀਦਾ ਪਰ ਸਭ ਦਾ ਆਪਣਾ ਆਪਣਾ ਇੱਕ ਇਤਿਹਾਸ ਹੁੰਦਾ ਇਤਿਹਾਸ ਤੋਂ ਹੀ ਗੱਲ ਚੱਲਦੀ ਹੈ ਤਾਂ ਲੋਕ ਇਤਿਹਾਸ ਤੋਂ ਹੀ ਸਮਝਦੇ ਨੇ ਢਾਡੀ ਪਾਸ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਅੱਜ ਵੀ 3 ਕਾਨੂੰਨਾਂ ਨੂੰ ਰੱਦ ਨੂੰ ਲੈ ਕੇ ਪੂਰਾ ਪੰਜਾਬ ਜੋ ਹੈ ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਹੈ ਦੂਸਰੇ ਪਾਸੇ ਸਰਕਾਰਾਂ ਗੱਲਬਾਤ ਕਰਦੀਆਂ ਵੀ ਨੇ ਪਰ ਹੁਣ ਸਰਕਾਰ ਨਾਲ ਗੱਲਬਾਤ ਟੁੱਟੀ ਹੋਈ ਹੈ ਇਹ ਕਿਸ ਪਾਸੇ ਜਾ ਕੇ ਗੱਲ ਲੱਗੂਗੀ ਕਿਆ ਇਹ ਵੀ ਜਾਂਦਾ ਕਿ ਸਿਰਫ ਐਲਾਨ ਹੋਣਾ ਬਾਕੀ ਹੈ ਜੋ 3 ਕਾਨੂੰਨ ਰੱਦ ਨਹੀਂ ਹੋਣਗੇ ਕੋਰਟ ਨੇ ਵੀ ਇਸ ਉੱਪਰ ਸਟੇਅ ਲਾ ਰੱਖਿਆ ਸਰ ਢਾਡੀ ਪਾਸ ਨਾਲ ਆਪਾਂ ਗੱਲਬਾਤ ਕਰਾਂਗੇ ਪਾਸ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲਾਂ ਜ਼ਿਕਰ ਕਰ ਰਹੇ ਹਾਂ ਵੀ ਕਿਸਾਨੀ ਦਾ ਕੋਈ ਵੀ ਧਰਮ ਨਹੀਂ ਹੁੰਦਾ ਕਿਸਾਨ ਦੀ ਰੋਟੀ ਦੇ ਉੱਤੇ ਕੋਈ ਵੀ ਧਰਮ ਦਾ ਨਾਮ ਨਹੀਂ ਲਿਖਿਆ ਹੁੰਦਾ ਆਪਾਂ ਜੇ ਇਤਿਹਾਸ ਦੀ ਗੱਲ ਕਰਦੇ ਹਾਂ ਪਿਛੋਕੜ ਦੀ ਗੱਲ ਕਰਦੇ ਹਾਂ ਸਾਡਾ ਇੱਕ ਇਤਿਹਾਸ ਵੀ ਹੈ ਸਾਡਾ ਕਿੱਤਾ ਵੀ ਹੈ ਸਾਡਾ ਵਿਰਾਸਤ ਵੀ ਹੈ ਖੇਤੀ ਤੁਹਾਨੂੰ ਕੀ ਲੱਗਦਾ ਕਿ ਉਸੇ ਵਿਰਾਸਤ ਅਤੇ ਉਸੇ ਖੇਤੀ ਨੂੰ ਅੱਜ ਸਰਕਾਰ ਨੇ ਡਾਕਾ ਮਾਰਿਆ ਦੇਖੋ ਜੀ ਇਹ ਤੁਸੀਂ ਜੋ ਗੱਲ ਕੀਤੀ ਹੈ ਬਿਲਕੁਲ ਦਰੁਸਤ ਹੈ ਕਿ ਜਿਹੜਾ ਕਿਸਾਨੀ ਕਿਸਾਨ ਦਾ ਧਰਮ ਨਹੀਂ ਹਿੰਦੂ ਵੀ ਕਿਸਾਨ ਹੋ ਸਕਦਾ ਸਿੱਖ ਵੀ ਕਿਸਾਨ ਹੋ ਸਕਦਾ ਮੁਸਲਮਾਨ ਵੀ ਈਸਾਈ ਵੀ ਹਰ ਜਾਤ ਦਾ ਕਿਸਾਨ ਹੋ ਸਕਦਾ ਕਿਸਾਨੀ ਇੱਕ ਕਿੱਤਾ ਹੈ ਪਰ ਇਹ ਕਿੱਤਾ ਸਿੱਖੀ ਨਾਲ ਬਹੁਤ ਡੂੰਘਾ ਸੰਬੰਧ ਰੱਖਦਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ 14 ਸਾਲ ਕਰਤਾਰਪੁਰ ਦੀ ਧਰਤੀ ਜਿੱਥੇ ਹੁਣ ਕੋਰੀਡੋਰ ਖੁੱਲਿਆ ਪਾਕਿਸਤਾਨ 'ਚ ਰਹਿ ਗਈ ਜਗ੍ਹਾ ਉੱਥੇ ਖੇਤੀ ਕੀਤੀ ਮੈਂ ਖੁਦ ਗਿਆ ਉੱਥੇ ਦਰਸ਼ਨ ਕੀਤੇ ਨੇ ਔਰ ਮੈਂ ਉਸ ਖੂਹ ਦੇ ਦਰਸ਼ਨ ਕੀਤੇ ਨੇ ਜਿੱਥੋਂ ਗੁਰੂ ਪਾਤਸ਼ਾਹ ਜੀ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਸਨ ਸੋ ਕਹਿਣ ਤੋਂ ਭਾਵ ਸਾਡੀ ਸਿੱਖੀ ਦਾ ਸਭ ਤੋਂ ਪਹਿਲਾ ਫਰਮਾਨ ਜਿਹੜਾ ਉਹ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਔਰ ਕਿਰਤ ਕਿਸਾਨੀ ਤੋਂ ਪਰ ਸੱਚੀ ਸੁੱਚੀ ਕਿਰਤ ਹੀ ਕੋਈ ਨਹੀਂ ਹੋਰ ਕਿਸਾਨ ਕੀ ਕਰ ਸਕਦਾ ਕਿੱਥੇ ਹੇਰਾਫੇਰੀ ਕਰ ਲਏਗਾ ਜੀ ਫਸਲ ਵੇਚਣੀ ਹੈ ਆੜ੍ਹਤੀਆਂ ਨੂੰ ਵੇਚਣੀ ਹੈ
ਸਰਕਾਰ ਨੇ ਖਰੀਦਣੀ ਹੈ, ਉਹਨੇ ਤਾਂ ਬੀਜਣੀ ਹੈ ਨਾ। ਹਾਂ, ਕਿਸਾਨ ਨਾਲ ਸਾਰੇ ਪਾਸੇ ਤੋਂ ਹੇਰਾਫੇਰੀਆਂ ਹੋ ਸਕਦੀਆਂ, ਬੀਜ ਦੇਣ ਲੱਗਿਆਂ ਹੇਰਾਫੇਰੀ ਹੋ ਸਕਦੀ ਹੈ, ਖਾਦ ਦੇਣ ਲੱਗਿਆਂ ਹੇਰਾਫੇਰੀ ਹੋ ਸਕਦੀ ਹੈ, ਲੇਕਿਨ ਕਿਸਾਨ ਤਾਂ ਕਿਤੇ ਕਰ ਹੀ ਨਹੀਂ ਸਕਦਾ ਹੇਰਾਫੇਰੀ। ਇਸ ਲਈ ਸੱਚੀ ਸੁੱਚੀ ਕਿਰਤ ਇਹਦਾ ਸਿੱਖੀ ਨਾਲ ਡੂੰਘਾ ਸੰਬੰਧ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਖੇਤੀ ਕੀਤੀ ਔਰ ਉਪਦੇਸ਼ ਦਿੱਤਾ ਕਿ ਤੁਸੀਂ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਜਦੋਂ ਇਸ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਕਿ ਜੋ ਖੇਤੀ ਹੈ ਜਾਂ ਕਿਸਾਨੀ ਆ ਉਹ ਸਿੱਖ ਇਤਿਹਾਸ ਇੱਕ ਡੂੰਘਾ ਮਹੱਤਵ ਰੱਖਦੀ ਹੈ, ਜਦੋਂ ਆਪਾਂ ਕੰਸੈਪਟ ਸੋਚਦੇ ਹਾਂ, ਖੇਤੀ ਦਾ ਕੰਸੈਪਟ ਸੋਚਦੇ ਹਾਂ, ਦਿਮਾਗ ਦੇ ਵਿੱਚ ਆਉਂਦਾ ਇਹ ਵੀ ਇੱਕ ਇਤਿਹਾਸ ਚੱਲਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਗੇ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਚੱਲਦਾ, ਜਿਹਨਾਂ ਨੇ ਖੇਤੀ ਜੋ ਕਿ ਵਿਰਾਸਤ 'ਚ ਵੀ ਦਿੱਤੀ ਅਤੇ ਛੁਡਾ ਕੇ ਵੀ ਦਿੱਤੀ ਸਾਨੂੰ, ਜ਼ਮੀਨ ਵਾਲੇ ਬਣਾਇਆ, ਬਿਲਕੁਲ ਜ਼ਮੀਨ ਵਾਲੇ ਸਾਨੂੰ ਬਣਾਇਆ। ਤਾਂ ਅੱਜ ਜੋ ਚੱਲ ਰਿਹਾ ਕਿਸਾਨਾਂ ਦੇ ਨਾਲ, ਕਿ ਵਾਕਈ ਅਸੀਂ ਜਾਂ ਸਰਕਾਰਾਂ ਉਸ ਇਤਿਹਾਸ ਨੂੰ ਭੁੱਲ ਗਈਆਂ ਨੇ, ਕਿ ਸਾਨੂੰ ਬਾਰ ਬਾਰ ਚੀਜ਼ਾਂ ਯਾਦ ਕਰਾਈਆਂ ਜਾਂਦੀਆਂ ਨੇ। ਮੈਂ ਤਾਂ ਹੈਰਾਨ ਹਾਂ ਕਿ ਸਰਕਾਰ ਨੇ ਕਿਸੇ ਹੋਰਨਾਂ ਨੂੰ ਹੇਰਾਫੇਰੀ ਵਾਲਿਆਂ ਵਾਸਤੇ ਕਾਨੂੰਨ ਨਹੀਂ ਬਣਾਏ, ਸਿਰਫ ਸੱਚੀ ਸੁੱਚੀ ਕਿਰਤ ਵਾਸਤੇ ਕਾਨੂੰਨ ਬਣਾ ਦਿੱਤੇ। ਕਿੱਡੇ ਦੁੱਖ ਦੀ ਗੱਲ ਆ, ਜੋ ਸਾਡੀ ਵਿਰਾਸਤ, ਸਾਡੀ ਜ਼ਮੀਨ ਜਿਹਨੂੰ ਅਸੀਂ ਮਾਂ ਕਹਿੰਦੇ ਹਾਂ, ਉਹਨੂੰ ਉੱਥੇ ਆਉਣ ਦੀ ਕੋਝੀ ਚਾਲ ਚੱਲ ਲਈ, ਕਿੱਡੀ ਹੈਰਾਨੀ ਦੀ ਗੱਲ ਹੈ। ਫਿਰ ਦੁੱਖ ਦੀ ਗੱਲ ਇਹ ਕਿ ਤਿੰਨ ਬਿੱਲ ਜਿਹਨਾਂ ਨੂੰ ਅਸੀਂ ਕਾਲੇ ਬਿੱਲ ਕਹਿ ਕੇ ਅੱਜ ਇਹਨਾਂ ਨੂੰ ਨਾਂ ਦਿੱਤਾ, ਅਸੀਂ ਇਕੱਲਿਆਂ ਨੇ ਨਹੀਂ ਦਿੱਤਾ, ਪੰਜਾਬੀਆਂ ਨੇ, ਸਿੱਖਾਂ ਨੇ ਨਹੀਂ ਦਿੱਤਾ, ਪੂਰੇ ਵਰਲਡ ਨੇ ਇਹਨਾਂ ਕਾਨੂੰਨਾਂ ਨੂੰ ਕਾਲੇ ਬਿੱਲ ਕਹਿ ਕੇ ਕਿਹਾ। ਉਹ ਕਾਲੇ ਬਿੱਲ ਸਾਡੇ 'ਤੇ ਥੋਪੇ ਗਏ, ਫਿਰ ਦੇਖੋ ਕਿ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਸਾਨੂੰ ਚੰਗੇ ਨਹੀਂ ਲੱਗਦੇ, ਉਹ ਸਾਡੀ ਪੱਗ ਨੂੰ ਹੱਥ ਪਾਉਂਦੇ ਨੇ, ਸਾਡੀ ਇੱਜ਼ਤ ਨੂੰ ਹੱਥ ਪਾਉਂਦੇ ਨੇ, ਸਾਡੀ ਮਾਂ ਨੂੰ ਹੱਥ ਪਾਉਂਦੇ ਨੇ, ਜਿਹੜੀ ਸਾਡੀ ਧਰਤੀ ਹੈ, ਸਾਡੀ ਜ਼ਮੀਨ ਹੈ, ਉਹ ਸਾਡੇ ਕੋਲ ਹਥਿਆਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਲੇਕਿਨ ਇਹ ਜ਼ਬਰਦਸਤੀ ਫਿਰ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਉੱਤੇ ਥੋਪਣੇ ਨੇ। ਕਿੱਡੇ ਦੁੱਖ ਦੀ ਗੱਲ ਹੈ। ਔਰ ਮੈਂ ਸੋਚਦਾ ਕਿ ਅੜੀਅਲ ਵਤੀਰਾ ਹੈ ਮੋਦੀ ਦਾ, ਸੈਂਟਰ ਸਰਕਾਰ ਦਾ ਅੜੀਅਲ ਵਤੀਰਾ, ਇਹ ਤਾਂ ਇਹਨਾਂ ਨੂੰ ਮਾਫ਼ ਕਰ ਦੇਣੇ, ਬਦਲ ਦੇਣੇ ਚਾਹੀਦੇ ਨੇ, ਇਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਨੇ। ਹਰ ਇੱਕ ਵਿਅਕਤੀ ਇਸਦੀ ਸਪੋਰਟ ਕਰਦਾ, ਕੋਈ ਧਾਰਮਿਕ ਪੱਖੋਂ ਹੈ, ਕੁਛ ਪੋਲੀਟਿਕਸ ਪਾਰਟੀਆਂ ਵੀ ਸਪੋਰਟ ਕਰਦੀਆਂ ਨੇ, ਪਰ ਉਸ ਤਰੀਕੇ ਨਾਲ ਸਪੋਰਟ ਨਹੀਂ ਕਰ ਪਾ ਰਹੀਆਂ, ਸ਼ਾਇਦ ਉਹਨਾਂ ਨੂੰ ਡਰ ਹੋਣਾ ਵੀ ਕਿਤੇ ਨਾ ਕਿਤੇ ਸਾਡੀ ਕੁਰਸੀ ਨਾ ਚਲੀ ਜਾਵੇ। ਫਿਰ ਪੰਜਾਬ ਦੇ ਨਾਲ ਕਿੱਤਾ ਜੁੜਿਆ ਹੋਇਆ, ਯੂਪੀ ਦੇ ਵਿੱਚ ਵੀ ਖੇਤ ਹੈਗੇ ਨੇ, ਭਾਰਤ ਦੇ ਹਰ ਜਗ੍ਹਾ ਦੇ ਉੱਤੇ ਖੇਤ ਹੈਗੇ ਨੇ, ਅਲੱਗ ਅਲੱਗ ਖੇਤੀ ਹੁੰਦੀ ਉੱਥੇ ਜਾ ਕੇ। ਫਿਰ ਇਹ ਕਿਉਂ ਕਹਿ ਦਿੱਤਾ ਜਾਂਦਾ ਸਰਕਾਰ ਵੱਲੋਂ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ, ਇੱਕ ਹੰਕਾਰ ਦੀ ਸਰਕਾਰ ਇਹ ਚੀਜ਼ ਕਹਿ ਦਿੰਦੀ ਹੈ, ਇਹ ਸਰਕਾਰ ਹੰਕਾਰ ਕਿਉਂ ਗਈ ਇੱਥੇ ਆ ਕੇ ਕਿ ਕਿਸਾਨਾਂ ਦੇ ਮੁੱਦਿਆਂ ਨਾਲ ਇੱਦਾਂ ਹੀ ਸਲੂਕ ਕਰੂਗੀ, ਕਿ ਕਿਸਾਨ ਜੋ ਸਰਕਾਰ ਆ ਉਸ ਨੂੰ ਕੀ ਘਾਟਾ ਪੈਂਦਾ ਜੇ ਬਿੱਲ ਰੱਦ ਕਰ ਦਿੰਦੀ? ਦੇਖੋ ਜੀ, ਇੱਕ ਸਫੈਦਾ ਉੱਚਾ ਹੋ ਰਿਹਾ, ਇਹ ਅਸਮਾਨ ਨੂੰ ਨਹੀਂ ਛੂ ਸਕਦਾ, ਇਹਦੀ ਉਚਾਈ ਨੇ ਇੱਕ ਦਿਨ ਇਹਨੂੰ ਖਤਮ ਕਰ ਦੇਣਾ। ਅੱਜ ਤੱਕ ਤਾਂ ਖੁਦਾ ਦਾ ਵੈਰ ਆ, ਜਿਹੜਾ ਇਹ ਅੜੀਅਲ ਵਤੀਰਾ ਇਸ ਸਰਕਾਰ ਨੇ ਫੜਿਆ ਹੋਇਆ, ਇਹ ਸਰਕਾਰ ਨੂੰ ਇਸ ਅੜੀਅਲ ਵਤੀਰੇ ਨੇ ਖਤਮ ਕਰਨਾ। ਇਹ ਜਿੱਦ ਜੋ ਫੜੀ ਜਾਂਦੇ ਨੇ ਕਿ ਅਸੀਂ ਇਹਨਾਂ ਨੂੰ ਵਾਪਸ ਨਹੀਂ ਲੈਣਾ, ਇਹ ਪਹਿਲੀ ਗੱਲ, ਅਤੇ ਹੁਣ ਤਾਂ ਐਲਾਨ ਕਰਨ ਦੀ ਬਾਕੀ ਹੈ, ਕਿਉਂਕਿ ਵੇਖ ਲਿਆ 26 ਮਾਰਚ ਕਿੰਨਾ ਹੁੰਗਾਰਾ ਮਿਲਿਆ ਸਾਨੂੰ ਦੇਸ਼ ਵਿਦੇਸ਼ 'ਚੋਂ, ਸਾਡਾ ਟੋਟਲ ਆਲ ਓਵਰ ਪੰਜਾਬੀ ਸੂਬਾ ਨਹੀਂ, ਜਿੰਨੇ ਬਾਕੀ ਸੂਬੇ ਸਨ ਸਾਰੇ ਦੇ ਸਾਰੇ ਬੰਦ ਰਹੇ, ਕਿ ਅਜੇ ਤੱਕ ਅੱਖਾਂ ਨਹੀਂ ਖੁੱਲੀਆਂ। ਵਿਦੇਸ਼ਾਂ ਵਿੱਚੋਂ ਦੂਸਰੇ ਲੋਕਾਂ ਦੇ ਰਾਜਾਂ ਦੇ ਡਿਪਲੋਮੈਟਾਂ ਨੇ ਸਾਡੇ ਲਈ ਹੱਕ ਦਾ ਨਾਰਾ ਮਾਰਿਆ, ਸਾਡੇ ਹਾਹ ਦਾ ਨਾਰਾ ਮਾਰਿਆ, ਕਿ ਅਜੇ ਵੀ ਨਹੀਂ ਸਮਝ ਰਹੇ। ਇਹ ਤਾਂ ਇਹਨਾਂ ਨੂੰ ਹੁਣ ਤਾਂ ਬਿਲਕੁਲ ਇੱਕ ਐਲਾਨ ਕਰਨ ਦੀ ਲੋੜ ਆ, ਸਿਰਫ ਐਲਾਨ ਵੀ ਨਹੀਂ ਕਰ ਰਹੇ ਕਿਉਂਕਿ ਸ਼ਰਮ ਮਹਿਸੂਸ ਹੋ ਰਹੀ ਹੈ, ਹੋਰ ਕੋਈ ਗੱਲ ਨਹੀਂ। ਨਹੀਂ, ਉੱਥੇ ਬਜ਼ੁਰਗ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ ਉੱਥੇ ਅਲੱਗ ਅਲੱਗ ਬਾਰਡਰ ਦੇ ਉੱਤੇ ਜਾ ਕੇ, ਕਿ ਉਹਨਾਂ ਦਾ ਵੀ ਖਿਆਲ ਨਹੀਂ ਹੈਗਾ ਇਹਨਾਂ ਨੂੰ, ਕਿ ਇੰਨੀ ਹੰਕਾਰੀ ਗਈ ਸਰਕਾਰ ਹੈ, ਜੇ ਆਪਾਂ ਦੋ ਸ਼ਬਦ ਵੀ ਕਹਿਣੇ ਹੋਣ ਵੀ ਜਿਹੜੇ ਕਿਸਾਨ ਉੱਥੇ ਬੈਠੇ ਨੇ, ਮਨ ਭਰ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਦੇਖੋ ਉੱਥੇ ਕਿੰਨੀਆਂ ਮੌਤਾਂ ਹੋਈਆਂ ਨੇ, ਕਿੰਨੇ ਸਿੰਘ ਸਾਡੇ ਸ਼ਹੀਦ ਹੋਏ ਨੇ ਉੱਥੇ, ਔਰ ਹਰ ਧਰਮ 'ਚੋਂ ਸ਼ਹੀਦ ਹੋਇਆ, ਹਰ ਧਰਮ 'ਚੋਂ ਹਿੰਦੂ ਵੀ ਸ਼ਹੀਦ ਹੋਏ ਨੇ ਉੱਥੇ, ਸਿੱਖ ਵੀ ਸ਼ਹੀਦ ਹੋਏ ਨੇ, ਈਸਾਈ ਵੀ, ਮੁਸਲਮਾਨ ਵੀ ਸ਼ਹੀਦ ਹੋਏ ਨੇ, ਦੂਸਰਿਆਂ ਸੂਬਾ ਉੱਥੇ ਤਾਂ ਆਲ ਓਵਰ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਹੋਏ ਨੇ। ਤੁਸੀਂ ਵੇਖਦੇ ਹੋ, ਤੁਸੀਂ ਉੱਥੇ ਜਾਂਦੇ ਹੋ, ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਹੋਏ ਨੇ, ਪਰ ਅਫਸੋਸ ਕਿ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਕਿਸੇ ਗੱਲ ਦੀ। ਬਜ਼ੁਰਗ ਬੀਬੀਆਂ 80-80 ਸਾਲ ਦੀਆਂ, 90-90 ਸਾਲ ਦੀਆਂ ਬੀਬੀਆਂ ਉੱਥੇ ਬੈਠੀਆਂ ਨੇ, ਛੋਟੇ ਛੋਟੇ ਬੱਚੇ ਬੈਠੇ ਨੇ, ਬਜ਼ੁਰਗ ਬੈਠੇ ਨੇ ਜਿਹੜੇ ਸ਼ਹਾਦਤਾਂ ਦੇ ਰਹੇ ਨੇ, ਕਿ ਸਰਕਾਰ ਅੰਨੀ ਬੋਲੀ ਹੋ ਗਈ ਹੈ, ਸੁਣੀ ਨਹੀਂ ਰਹੀ, ਕਿੱਡੇ ਦੁੱਖ ਦੀ ਗੱਲ ਹੈ। ਤੁਸੀਂ ਹੁਣ ਜ਼ਿਕਰ ਕਰ ਰਹੇ ਕਿ ਸਾਰੇ ਧਰਮਾਂ ਦੇ ਲੋਕ ਬੈਠੇ ਨੇ, ਤਾਂ ਲੱਗਦਾ ਵੀ ਸਰਕਾਰ ਇਸ ਚੀਜ਼ ਤੋਂ ਡਰ ਗਈ ਹੈ, ਕਿਉਂਕਿ ਰਾਜਨੀਤੀ ਤੰਤਰ ਉਹ ਹੁੰਦਾ ਵੀ ਸਾਰੇ ਧਰਮਾਂ ਨੂੰ ਅਲੱਗ ਅਲੱਗ ਰੱਖੋ ਅਤੇ ਵੋਟਾਂ ਲਓ, ਲੱਗਦਾ ਡਰ ਗਈ ਹੈ। ਬਿਲਕੁਲ ਬਿਲਕੁਲ, ਉਹ ਹੁਣ ਉਹਨਾਂ ਦੀ ਉਹ ਚਾਲ ਤਾਂ ਚੱਲ ਨਹੀਂ ਰਹੀ, ਬੜੀ ਚਲਾਉਣ ਦੀ ਯਤਨ ਕੀਤਾ ਉਹਨਾਂ ਨੇ, ਬੜਾ ਕੋਸ਼ਿਸ਼ ਕੀਤੀ ਬੜੀ ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਵੰਡੀਏ, ਪਰ ਲੇਕਿਨ ਉੱਥੇ ਜਿਵੇਂ ਆ 5 ਉਂਗਲਾਂ ਇਕੱਠੀਆਂ ਹੋ ਗਈਆਂ ਹੁੰਦੀਆਂ ਨੇ, ਔਰ ਮੁੱਕਾ ਬਣ ਗਿਆ, ਕਸੁੰਨ ਬਣ ਗਿਆ, ਇਸ ਤਰ੍ਹਾਂ ਇੱਕ ਕਸੁੰਨ ਦਾ ਰੂਪ ਲੈ ਲਿਆ ਉੱਥੋਂ ਦੀ ਸ਼ਕਤੀ ਨੇ ਸਾਡੀ ਨੇ, ਔਰ ਉਹ ਕਸੁੰਨ ਇਸ ਸਰਕਾਰ ਦੇ ਵੱਜਣਾ ਹੀ ਵੱਜਣਾ, ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਲੇਕਿਨ ਉਹ ਡਰੇ ਹੋਏ ਨੇ, ਹੁਣ ਕੀ ਕਰਨ, ਹੁਣ ਉਹ ਅੰਦਰੋਂ ਅੰਦਰ ਹੀ ਬਹੁਤ ਸੋਚ ਰਹੇ ਨੇ ਵੀ ਕੀ ਕਰੀਏ ਹੁਣ। ਹੁਣ ਤਾਂ ਇੱਕੋ ਇੱਕ ਗੱਲ ਇਹ ਆ ਵੀ ਉਹ ਸੱਪ ਦੇ ਮੂੰਹ 'ਚ ਕਿੱਲੀ ਖਾਵੇ ਅਤੇ ਕਲੰਕੀ ਛੱਡੀ ਦੇ, ਖਾਵੇ ਅਤੇ ਕੋੜੀ ਛੱਡੀ ਦੇ ਕਲੰਕੀ, ਉਹ ਗੱਲ ਬਣ ਚੁੱਕੀ।
ਕਿਸਾਨ ਜਿਸ ਕਿ ਨਾਲ ਮੈਂ ਵੀ ਖੁਦ ਜਾ ਕੇ ਉੱਥੇ ਆਇਆ ਸਿੰਘੂ ਬਾਰਡਰ 2 ਮਹੀਨੇ ਦੇ ਹਾਂ, ਕਿਸਾਨ ਹਮੇਸ਼ਾ ਇੱਕ ਚੀਜ਼ ਕਹਿੰਦੇ ਨੇ ਕਿ ਸਾਨੂੰ ਆਉਣ ਵਾਲੀ ਪੀੜ੍ਹੀਆਂ ਕੀ ਕਹਿਣਗੀਆਂ ਜੇ ਅਸੀਂ ਜ਼ਮੀਨ ਹੀ ਗਵਾ ਦਿੱਤੀ, ਸਾਨੂੰ ਪੀੜ੍ਹੀਆਂ ਕੀ ਕਹਿਣਗੀਆਂ, ਸਾਡੇ ਆਉਣ ਵਾਲੇ ਬੱਚੇ ਸਾਨੂੰ ਕੀ ਕਹਿਣਗੇ, ਤੁਸੀਂ ਕੀ ਕੀਤਾ ਉਸ ਸਮੇਂ? ਜ਼ਿਮੀਂਦਾਰ ਕਿਸਾਨ 'ਤੇ ਇੱਕ ਇੰਚ ਜਿਹੜੀ ਹੈ ਨਾ ਪੈਲੀ, ਉਹ ਕਿਸੇ ਨੂੰ ਨਹੀਂ ਦਿੰਦਾ, ਜਾਨ ਦੇ ਦਿੰਦਾ। ਤੁਸੀਂ ਵਾਕਫ ਹੋ, ਪਿੰਡਾਂ ਵਿੱਚ ਆਮ ਚੱਲਦੀਆਂ, ਕੋਈ ਵੱਟ ਤੋਂ ਹੀ ਕਈ ਵਾਰੀ ਕਤਲ ਹੋ ਜਾਂਦੇ ਨੇ, ਅਤੇ ਉਹ ਸਾਰੇ ਦੇ ਸਾਰੇ ਖੇਤ 'ਤੇ ਆਉਣੇ ਚਾਹੁੰਦੇ ਨੇ, ਕੌਣ ਦੇ ਦੇਗਾ ਉਹਨਾਂ ਨੂੰ ਖੇਤ? ਕਦੀ ਨਹੀਂ ਦੇ ਸਕਦੇ ਕਿਸਾਨ, ਮਰਦੇ ਮਰ ਜਾਣਗੇ। ਇਹ ਜਿੰਨਾ ਮਰਜ਼ੀ ਅੰਤ ਵੇਖਣਾ ਵੇਖ ਲੈਣ ਮੋਦੀ ਸਰਕਾਰ, ਜਿੰਨਾ ਮਰਜ਼ੀ ਭਾਜਪਾ ਸਰਕਾਰ, ਜਿੰਨਾ ਮਰਜ਼ੀ ਅੰਤ ਵੇਖ ਲਵੇ, ਇਹ ਜਿਹੜੇ ਉੱਥੇ ਮੋਰਚੇ 'ਤੇ ਗਏ ਹੋਏ ਨੇ, ਇਹਨਾਂ ਨੇ ਵਾਪਸ ਨਹੀਂ ਆਉਣਾ। ਇਹ ਸ਼ਹਾਦਤ ਲੈ ਲੈਣਗੇ, ਸ਼ਹੀਦੀ ਪਾ ਲੈਣਗੇ, ਲੇਕਿਨ ਇਹ ਵਾਪਸ ਨਹੀਂ ਆਉਣਗੇ, ਫਤਿਹ ਕਰਕੇ ਆਉਣਗੇ। 250 ਝੜੇ ਵਾਲੀ ਗੱਲ ਹੈ, ਇੱਥੇ ਤਾਂ ਉਹ ਗੱਲ ਹੋਣੀ ਹੈ, ਪਰ ਅਫਸੋਸ ਇਹਨਾਂ ਦੀ ਕੰਨ ਤੋਂ ਜੂ ਨਹੀਂ ਸਰਕ ਰਹੀ। ਬੀਜੇਪੀ ਲੀਡਰ ਹੋ ਗਏ ਜਾਂ ਬਾਕੀ ਲੀਡਰ ਹੋ ਗਏ, ਉਹਨਾਂ ਦਾ ਵਿਰੋਧ ਹੁੰਦਾ ਪੰਜਾਬ ਦੇ ਵਿੱਚ, ਵਿਰੋਧ ਕਿਸਾਨ ਹੁੰਦੇ ਨੇ ਉੱਥੇ, ਕਰਦੇ ਕਿਸਾਨ ਨੇ, ਪਰ ਉਹਨਾਂ 'ਚ ਹਿੰਮਤ ਨਹੀਂ ਹੁੰਦੀ ਬੋਲਣ ਦੀ ਕਿ ਕਿਸਾਨ ਕਰਦੇ ਨੇ, ਕਿ ਇੰਨਾ ਹੀ ਡਰ ਪੈ ਗਿਆ ਇਹਨਾਂ ਦੇ ਵਿੱਚ। ਸੱਚਾਈ ਕਿਵੇਂ ਕਹਿਣ, ਸੱਚ ਕਿਵੇਂ ਬੋਲਣ? ਜੇ ਉਹ ਇੰਨੀ ਗੱਲ ਕਹਿੰਦੇ ਨੇ ਤਾਂ ਫਿਰ ਉਹਨਾਂ ਨੇ, ਕਿਉਂਕਿ ਉਹਨਾਂ ਨੇ ਪੱਖ ਅਪੋਜੀਸ਼ਨ ਦੇ ਉੱਤੇ ਰੱਖਣਾ ਹੁੰਦਾ, ਤੁਸੀਂ ਕਿਸੇ ਪਾਰਟੀ ਨੂੰ ਨਿੰਦਣਾ ਹੁੰਦਾ, ਲੇਕਿਨ ਉਹ ਫਿਰ ਕਹਿੰਦੇ ਨੇ ਕਿ ਜੇ ਅਸੀਂ ਕਿਸਾਨ ਕਹਾਂਗੇ ਤਾਂ ਦੁਨੀਆ ਵਿੱਚ ਇਹ ਜਾਏਗੀ ਕਿ ਕਿਸਾਨ ਵਿਰੋਧ ਕਰ ਰਹੇ ਨੇ। ਉਹ ਤਾਂ ਮੰਨਦੇ ਨਹੀਂ, ਉਹ ਤੁਹਾਨੂੰ ਕਈ ਵਾਰੀ ਇਹ ਕਹਿ ਦਿੰਦੇ ਆ ਕਿ ਉੱਥੇ ਕਿਸਾਨ ਨਹੀਂ ਬੈਠੇ। ਭਾਜਪਾ ਦੇ ਲੀਡਰਾਂ ਨੇ, ਕਈਆਂ ਨੇ ਬਿਆਨ ਦਿੱਤੇ ਨੇ, ਖੱਟਰ ਨੇ ਬਿਆਨ ਦਿੱਤਾ, ਦੂਸਰਿਆਂ ਨੇ ਬਿਆਨ ਦਿੱਤੇ ਨੇ ਕਿ ਉੱਥੇ ਕਿਸਾਨ ਹੀ ਨਹੀਂ, ਉੱਥੇ ਤਾਂ ਖਰੀਦੇ ਹੋਏ ਪਾਰਟੀਆਂ ਦੇ ਲੋਕ ਨੇ, ਲੇਕਿਨ ਉਹ ਜਾ ਕੇ ਵੇਖਣ, ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਵੀ ਉਹ ਕਿਸਾਨ ਹੈ, ਉਹਨਾਂ ਦੇ ਪਹਿਰਾਵੇ ਤੋਂ ਪਤਾ ਲੱਗਦਾ ਉਹ ਕਿਸਾਨ ਆ, ਅਤੇ ਇਹ ਉਹਨਾਂ ਨੂੰ ਕਿਸਾਨ ਨਹੀਂ ਮੰਨਦੇ, ਕਿੱਡੇ ਦੁੱਖ ਦੀ ਗੱਲ ਹੈ। ਅੱਛਾ, ਆਪਾਂ ਜੇ ਗੱਲ ਕਰੀ ਬਾਰਡਰਾਂ ਦੇ ਉੱਤੇ, ਸਿੱਖ ਜਿਹੜੇ ਸਿੱਖ ਕਮਿਊਨਿਟੀ ਆ, ਸਿੱਖ ਕੌਮ ਦੀ ਸਨ, ਜ਼ਿਆਦਾ ਨੌਜਵਾਨ ਜਿਹੜੇ ਬਾਰਡਰਾਂ 'ਤੇ ਹੈਗੇ ਨੇ ਇਸ ਸਮੇਂ, ਫਿਰ ਸਾਨੂੰ ਉੱਥੇ ਆਤੰਕਵਾਦੀ ਕਿਹਾ ਜਾਂਦਾ, ਇੱਕ ਗੋਦੀ ਮੀਡੀਆ ਪ੍ਰਚਾਰ ਕਰਦੀ, ਜਦੋਂ 26 ਨਵੰਬਰ ਨੂੰ ਆਪਾਂ ਇੱਥੋਂ ਜਾਂਦੇ ਹਾਂ ਪੂਰਾ ਪੰਜਾਬ ਜਾਂਦਾ, ਗੋਦੀ ਮੀਡੀਆ ਆ ਗਏ, ਆਤੰਕਵਾਦ, ਇਹ ਚੀਜ਼ਾਂ ਚੱਲਦੀ ਰਹਿੰਦੀਆਂ, ਗੋਦੀ ਮੀਡੀਆ ਹਮੇਸ਼ਾ ਚੀਜ਼ਾਂ ਕਹਿੰਦੀਆਂ ਨੇ, ਲੈ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਸਾਡੇ ਨੌਜਵਾਨ ਵੀ ਬਾਰਡਰਾਂ 'ਤੇ ਲੱਗੇ ਹੋਏ ਨੇ ਇਹ ਚੀਜ਼ਾਂ ਲੈ ਕੇ, ਫਿਰ ਇੱਕ ਕਿਉਂ ਨੈਗੇਟਿਵ ਚੀਜ਼ਾਂ ਜਾ ਰਿਹਾ, ਇਹ ਕਿਉਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ? ਦੇਖੋ ਜੀ, ਗੱਲ ਇਹ, ਨੌਜਵਾਨਾਂ ਬਗੈਰ ਤਾਂ ਕੋਈ ਸੰਘਰਸ਼ ਸਿਰੇ ਚੜ੍ਹੀ ਨਹੀਂ ਸਕਦਾ, ਜੋਸ਼ ਵੀ ਚਾਹੀਦਾ ਅਤੇ ਹੋਸ਼ ਵੀ ਚਾਹੀਦੀ ਹੈ। ਜੇ ਇੱਥੇ ਸਾਡੇ ਬਜ਼ੁਰਗ ਬੈਠੇ ਨੇ ਅਤੇ ਉੱਥੇ ਨੌਜਵਾਨ ਆ ਪਿੱਛੇ ਜਾਏ, 26 ਦੇ ਤੋਂ ਅਸੀਂ ਵੀ ਜਾਣਦੇ, 26 ਜਨਵਰੀ ਨੂੰ ਜੋ ਗੱਲਬਾਤ ਹੋਈ ਉਹਦੇ ਨਾਲ ਥੋੜ੍ਹਾ ਜਿਹਾ ਆਪਾਂ ਨੂੰ ਪਤਾ ਲੱਗਾ ਕਿ ਨੌਜਵਾਨ ਲੱਖਾ ਸਲਾਣਾ ਥੋੜ੍ਹੇ ਪਿੱਛੇ ਹੋਏ, ਲੇਕਿਨ ਹੁਣ ਫਿਰ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਉਹਨਾਂ ਨੇ ਵਿਚਾਰ ਕੀਤੀ ਔਰ ਅੱਜ ਫਿਰ ਲੱਖੇ ਸਿਧਾਣੀ ਨੂੰ ਮੋਹਰੇ ਲੈ ਕੇ ਆ ਰਹੇ ਨੇ, ਕਿਉਂਕਿ ਨੌਜਵਾਨੀ ਬਗੈਰ ਗੱਡੀ ਚੱਲਣੀ ਨਹੀਂ। ਜਦ ਤੱਕ ਸਾਡੀ ਨੌਜਵਾਨੀ ਮੋਹਰੇ ਹੋ ਕੇ ਨਾ ਤੁਰੀ, ਸਾਡਾ ਜੋਸ਼ ਨਾ ਤੁਰਿਆ, ਅਤੇ ਨਾਲ ਉਹਨਾਂ ਦੇ ਹੋਸ਼ ਵੀ ਚਾਹੀਦਾ, ਹੋਸ਼ 'ਤੇ ਬਜ਼ੁਰਗ ਬੈਠੇ ਨੇ। ਇਸ ਲਈ ਕੋਈ ਵੀ ਸੰਘਰਸ਼ ਜਿਹੜਾ ਨਾ, ਸੱਚ ਜਾਣਿਓ, ਇਕੱਲੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਨਹੀਂ ਸੀ ਲਿਆਂਦੀ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਆਈ ਹੈ। ਇਸ ਲਈ ਨੌਜਵਾਨਾਂ ਨੇ ਹੀ ਅੰਗਰੇਜ਼ਾਂ ਨੂੰ ਭਜਾਇਆ ਸੀ, ਅਤੇ ਇਹ ਕਾਲੇ ਕਾਨੂੰਨ ਨੌਜਵਾਨਾਂ ਦੇ ਜੋਸ਼ ਨਾਲ ਹੀ ਜਿਹੜੇ ਵਾਪਸ ਹੋਣੇ ਆ, ਲੇਕਿਨ ਹੋਸ਼ ਵੀ ਚਾਹੀਦਾ। ਅਸੀਂ ਇਹ ਚਾਹੁੰਦੇ ਹਾਂ ਕਿ ਸਭ ਕੁਝ ਸ਼ਾਂਤੀਪੂਰਵਕ ਹੋਵੇ, ਲੇਕਿਨ ਥੋੜ੍ਹੀ ਜਿਹੀ ਜੇ ਗਲਤੀ ਹੋਈ ਸੀਗੀ, ਲੇਕਿਨ ਲੱਖਾ ਸਿਧਾਣਾ, ਜੇ ਮੈਂ ਤੁਹਾਡੇ ਨਾਲ ਲੱਖੇ ਸਿਧਾਣੇ ਬਾਰੇ ਗੱਲ ਕਰਦਾ, ਉਹ ਬਹੁਤ ਵਧੀਆ ਇਨਸਾਨ ਆ। ਮੈਂ ਆਪਣੀ ਸੋਚ ਤੁਹਾਨੂੰ, ਤੁਸੀਂ ਮੈਨੂੰ ਸਵਾਲ ਵੀ ਨਹੀਂ ਪੁੱਛਿਆ ਹੈ, ਲੇਕਿਨ ਮੈਂ ਕਰ ਰਿਹਾ ਕਿਉਂਕਿ ਮੇਰੇ ਦਿਲ ਦਾ ਵਲਵਲਾ ਹੈ। ਲੱਖਾ ਸਿਧਾਣਾ ਬਹੁਤ ਵਧੀਆ ਇਨਸਾਨ ਆ, ਨੌਜਵਾਨ ਉਹਦੇ ਨਾਲ ਨੇ। ਜੇ ਕਿਤੇ ਥੋੜ੍ਹੀ ਬਹੁਤੀ ਕੋਈ ਗਲਤੀ ਹੋ ਗਈ ਤਾਂ ਸਾਨੂੰ ਉਹ ਮਾਫ਼ ਕਰ ਦੇਣੀ ਚਾਹੀਦੀ, ਉਹਨੂੰ ਇਗਨੋਰ ਕਰ ਦੇਣਾ ਚਾਹੀਦਾ, ਉਹ ਗਲਤੀ ਨੂੰ ਲੈ ਕੇ ਉਸਦੇ ਸਾਰੇ ਗੁਣ ਜਿਹੜੇ ਉਹ ਛਪਾ ਲੈਣੇ, ਇਹ ਤਾਂ ਕਦੀ ਹੋ ਹੀ ਨਹੀਂ ਸਕਦਾ। ਇਸ ਲਈ ਲੱਖਾ ਸਿਧਾਣੇ ਵਰਗੇ ਜਿਵੇਂ ਸਾਡੇ ਗਾਇਕ ਨੇ, ਬੱਬੂ ਮਾਨ ਹੈ, ਕੰਵਰ ਗਰੇਵਾਲ ਹੈ, ਇਹੋ ਜਿਹੇ ਲੀਡਰ ਮੂਹਰੇ ਤੁਰੇ ਨੇ, ਹੋਰ ਵੀ ਬਹੁਤ ਨੌਜਵਾਨ ਲੀਡਰ ਨੇ, ਨੌਜਵਾਨ ਬੱਚੇ ਨੇ, ਆਗੂ ਨੇ, ਜਿਹੜੇ ਕੌਮ ਦੀ ਅਗਵਾਈ ਕਰ ਰਹੇ ਨੇ ਉੱਥੇ, ਸੰਘਰਸ਼ ਦੀ ਅਗਵਾਈ ਕਰ ਰਹੇ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ, ਉਹਨਾਂ ਨੂੰ ਪਿੱਛੇ ਕਰਨ ਦੀ ਲੋੜ ਨਹੀਂ। ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਰਿਹਾ ਕਿ ਉਹਨਾਂ ਨੂੰ ਤਰਜੀਹ ਦਿਓ, ਉਹਨਾਂ ਨੂੰ ਅੱਗੇ ਕਰੋ, ਨਾਲ ਉਹਨਾਂ ਨੂੰ ਥਾਪੜਾ ਦਿਓ। ਔਰ ਠੀਕ ਹੈ, ਕਿਉਂਕਿ ਮੈਂ ਲੱਖੇ ਸਿਧਾਣੇ ਦੇ ਬਹੁਤ ਬਿਆਨ ਸੁਣੇ ਨੇ, ਲੱਖਾ ਸਿਧਾਣਾ ਹਰ ਆਪਣੇ ਬਿਆਨ ਵਿੱਚ ਬਹੁਤ ਸਿਆਣਪ ਦੀ ਗੱਲ ਕਰਦਾ, ਕੋਈ ਗਲਤ ਗੱਲ ਨਹੀਂ ਕਰਦਾ। ਚਲੋ ਜੇ ਕਿਤੇ ਹੋ ਗਈ ਤਾਂ ਮੈਨੂੰ, ਮੈਂ ਤਾਂ ਵੀ ਅੱਗੇ ਤੋਂ ਨਹੀਂ ਹੋਣੀ, ਔਰ ਸਾਨੂੰ ਉਹਦੀ ਜਿਹੜੀ ਉਹਨੇ ਅਪੀਲ ਕੀਤੀ ਹੈ ਅੱਜ, ਹੁਣ ਉਹਨੇ ਅਪੀਲ ਕੀਤੀ ਹੈ ਕਿ ਤੁਸੀਂ ਦਿੱਲੀ ਬਾਰਡਰਾਂ 'ਤੇ ਪਹੁੰਚੋ, ਸਾਡੇ ਨੌਜਵਾਨਾਂ ਨੂੰ ਦਿੱਲੀ ਬਾਰਡਰ 'ਤੇ ਪਹੁੰਚਣਾ ਚਾਹੀਦਾ, ਜੁੜਨਾ ਚਾਹੀਦਾ। ਇਹ ਮੇਰੀ ਆਪਣੇ ਨਿੱਜੀ ਵਿਚਾਰ ਹੈ। ਤੁਹਾਡੇ ਇਹ ਨਿੱਜੀ ਵਿਚਾਰ ਨੇ, ਕਿਉਂਕਿ ਚਰਚਾ ਬੜੀ ਚੱਲ ਜਾਂਦੀ, ਬੁੱਧੀਜੀਵੀ ਵੀ ਕਈ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਬੋਲ ਦਿੰਦੇ ਨੇ ਕਿ ਤੁਸੀਂ ਲੱਖੇ ਸਿਧਾਣੇ ਦੀ ਹੁਣ ਗੱਲ ਕੀਤੀ ਹੈ, ਕਿ ਲੱਖੇ ਸਿਧਾਣੇ ਨੂੰ ਲੈ ਕੇ ਇਹ ਚਰਚਾ ਛਿੜੀ ਹੋਈ ਹੈ ਕਿ ਇਸ ਸਮੇਂ ਕਾਲੇ ਕਾਨੂੰਨ ਜ਼ਿਆਦਾ ਮਹੱਤਵ ਨੇ, ਅਸੀਂ ਉਹਦਾ ਆਦਰ ਕਿਵੇਂ ਕਰਾਉਣੇ ਨੇ, ਫਿਰ ਲੱਖੇ ਸਿਧਾਣੇ ਲੈ ਕੇ ਨੈਗੇਟਿਵ ਕਿਉਂ ਕੀਤਾ ਜਾ ਰਿਹਾ ਇਹ ਚੀਜ਼ਾਂ ਲੈ ਕੇ? ਠੀਕ ਹੈ, ਜੋਸ਼ੀਲਾ, ਉਹਨੇ ਪੰਜਾਬ ਲਈ ਕੰਮ ਵੀ ਕੀਤਾ, ਉਹਨੇ ਪੰਜਾਬੀ ਮਾਂ ਬੋਲੀ ਨੂੰ ਵਾਸਤੇ ਵੀ ਉਹਨੇ ਕਾਫੀ ਕੁਝ ਕੀਤਾ, ਕਿਉਂਕਿ ਉਹ ਜਗ੍ਹਾ ਜਗ੍ਹਾ ਰੈਲੀ ਵੀ ਕੀਤੀ ਆਪਾਂ ਕਹਿ ਸਕਦੇ ਹਾਂ, ਤਾਂ ਫਿਰ ਇਹ ਚੀਜ਼ਾਂ ਨੂੰ ਲੈ ਕੇ ਕਿਉਂ ਉਠਾਇਆ ਜਾ ਰਿਹਾ ਵੀ ਸਾਡੇ ਲਈ 3 ਕਾਲੇ ਕਾਨੂੰਨ
ਕੋਈ ਸ਼ੱਕ ਵਾਲੀ ਗੱਲ ਨਹੀਂ। ਕਿਉਂ ਨਾਰਾਜ਼ਗੀ ਲਈਏ, ਉਹਨਾਂ ਬਗੈਰ ਤਾਂ ਸਾਡਾ ਸਰਨਾ ਹੀ ਨਹੀਂ। ਨੋਟ ਕਰਿਓ, ਜੇ ਇਕੱਲੇ ਕਈ ਸਿਆਸੀ ਲੀਡਰ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ ਬੇਟਾ, ਜਿਹੜੇ ਆਪਣੇ ਜਿਉਂਦਿਆਂ ਜੀ ਆਪਣੇ ਬੱਚਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ, ਕਿਸੇ ਕੰਮ ਲਈ, ਕਿਸੇ ਵਰਕਰ ਲਈ ਉਹਨਾਂ ਨੂੰ ਮੂਹਰੇ ਨਹੀਂ ਆਉਣ ਦਿੰਦੇ, ਅਤੇ ਜਦੋਂ ਮਰ ਜਾਂਦੇ ਨੇ ਉਸ ਪਰਿਵਾਰ ਦੀ ਲੀਡਰੀ ਉਹਨਾਂ ਦੇ ਨਾਲ ਹੀ ਚਲੀ ਜਾਂਦੀ ਹੈ। ਜਿਹੜੇ ਸਿਆਣੇ ਸਿਆਸੀ ਲੀਡਰ ਹੁੰਦੇ ਨੇ ਉਹ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਲੋਕਾਂ 'ਚ ਵਿਚਾਰਦੇ ਨੇ, ਵਿਚਰਦੇ ਨੇ ਲੋਕ ਉਹਨਾਂ ਦੇ, ਲੋਕਾਂ ਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਨੂੰ ਕੰਮਾਂ 'ਤੇ ਲਾਉਂਦੇ ਨੇ, ਦੁੱਖ ਸੁੱਖ ਵਿੱਚ ਭੇਜਦੇ ਨੇ, ਫਿਰ ਉਹਨਾਂ ਦੀ ਲੀਡਰੀ ਜਿਹੜੀ ਉਹ ਕਾਇਮ ਰਹਿੰਦੀ ਹੈ। ਜੇ ਅਸੀਂ ਇਹ ਸੋਚੀਏ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਪਾਸੇ ਕਰਕੇ ਸੰਘਰਸ਼ ਜਿੱਤ ਲਾਂਗੇ, ਤਾਂ ਮੈਂ ਤਾਂ ਹੁਣ ਸਾਫ਼ ਲਫ਼ਜ਼ਾਂ ਵਿੱਚ ਹੀ ਕਹਿ ਦਿੰਦਾ, ਚਾਹੇ ਮੇਰੀ ਗੱਲ ਦਾ ਕੋਈ ਗੁੱਸਾ ਕਰੇ, ਚਾਹੇ ਕੋਈ ਗਲਾ ਕਰੇ, ਕਿ ਨੌਜਵਾਨਾਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾਣਾ ਸੱਜਣੋ, ਭਾਵੇਂ ਜੋ ਮਰਜ਼ੀ ਕਰ ਲਓ, ਇਹ ਪੱਕੀ ਗੱਲ ਹੈ, ਇਹ ਪੱਥਰ 'ਤੇ ਲਕੀਰ ਵਾਲੀ ਗੱਲ ਹੈ। ਬਸਤੀ ਜਥੇਬੰਦੀਆਂ ਲੈ ਕੇ ਜੇ ਆਪਾਂ ਗੱਲ ਕਰਦੇ ਹਾਂ, ਜਥੇਬੰਦੀਆਂ ਵੀ ਉੱਥੇ ਬੈਠੀਆਂ ਹੋਈਆਂ ਨੇ, ਫਿਰ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਨੂੰ ਦੇ ਖਿਲਾਫ਼ ਵੀ ਕੋਈ ਵਿਅਕਤੀ ਬੋਲ ਦਿੰਦੇ ਨੇ, ਉਹ ਵੀ ਚੀਜ਼ਾਂ ਨਹੀਂ ਹੋਣੀ ਚਾਹੀਦੀ, ਠੀਕ ਹੈ? ਉਹ ਉਹਨਾਂ ਦੀ ਠੀਕ ਆ, ਅਸੀਂ ਇਹ ਚੀਜ਼ ਨਹੀਂ ਕਹਿ ਸਕਦੇ, ਸਾਡੇ ਕੋਈ ਵਿਚਾਰ ਨਹੀਂ ਹੁੰਦੇ, ਅਸੀਂ ਤੁਹਾਡੀ ਗੱਲ ਮੀਡੀਆ ਅੱਗੇ ਰੱਖਣੀ ਹੈ, ਬਾਕੀ ਲੋਕਾਂ ਦੀ ਵੀ ਗੱਲ ਮੀਡੀਆ ਅੱਗੇ ਰੱਖਣੀ ਹੁੰਦੀ ਹੈ। ਫਿਰ ਬੱਤੀ ਜਥੇਬੰਦੀਆਂ ਦੇ ਖਿਲਾਫ਼ ਵੀ ਕਿਉਂ ਬੋਲਿਆ ਜਾਂਦਾ, ਉਹ ਵੀ ਨਹੀਂ ਬੋਲਣਾ ਚਾਹੀਦਾ ਕਿਸੇ? ਨਹੀਂ ਨਹੀਂ ਨਹੀਂ, ਉੱਥੇ ਦੀਆਂ ਜਥੇਬੰਦੀਆਂ ਦੇ ਖਿਲਾਫ਼ ਤਾਂ ਬੋਲਣ ਦੀ ਲੋੜ ਹੀ ਨਹੀਂ, ਉਹ ਤਾਂ ਕੁਰਬਾਨੀਆਂ ਦੇ ਰਹੇ ਸਾਰੇ, ਉਹ ਤਾਂ ਅੱਗੇ ਹੋ ਰਹੇ ਨੇ, ਪਰਿਵਾਰ ਛੱਡੇ ਹੋਏ ਨੇ, ਚਾਰ ਚਾਰ ਪੰਜ ਪੰਜ ਮਹੀਨੇ ਤੋਂ ਛੇ ਛੇ ਮਹੀਨੇ ਤੋਂ ਉੱਥੇ ਬੈਠੇ ਨੇ, ਪਿੱਛੇ ਫਸਲਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਨੂੰ ਮਾੜਾ ਕਿਵੇਂ ਆਖੀ, ਅਸੀਂ ਘਰ ਕੁਰਸੀਆਂ 'ਤੇ ਬੈਠੇ। ਲੱਖਾ ਸਲਾਣਾ ਵੀ ਜਦੋਂ ਗੱਲ ਕਰਦਾ, ਉਹਨੇ ਅੱਜ ਤੱਕ ਕਿਸੇ ਗੱਲ ਕਿਸੇ ਪਾਰਟੀ ਨੂੰ ਉਹਨੇ ਨਿੰਦਿਆ ਨਹੀਂ, ਕਿਸੇ ਪਾਰਟੀ ਦੀ ਉਹਨੇ ਵਿਰੋਧਤਾ ਨਹੀਂ ਕੀਤੀ, ਕਿਸੇ ਲਈ ਕੋਈ ਵੀ ਸ਼ਬਦ ਮੈੜਾ ਨਹੀਂ ਬੋਲਿਆ ਉਹਨੇ, ਠੀਕ ਹੈ? ਉਹ ਤਾਂ ਥੋੜ੍ਹੀ ਜਿਹੀ ਗਲਤੀ ਹੋਈ ਸੀ, ਉਹਨੂੰ ਨਾ ਰਲਾਓ ਉਹਨੂੰ, ਉਹ ਫਿਰ ਤੁਹਾਡੇ ਨਾਲ ਖੜਾ, ਨੌਜਵਾਨ ਫਿਰ ਤੁਹਾਡੇ ਨਾਲ ਹੰਭਲਾ ਮਾਰ ਕੇ ਜੁੜਨਗੇ, ਔਰ ਸਾਡੇ ਜਿਹੜਾ ਇਹ ਅੰਦੋਲਨਾਂ ਨੂੰ ਬਲ ਮਿਲੇਗਾ, ਇਹ ਮੇਰੇ ਵਿਚਾਰ ਹੈ। ਤਾਂ ਲੱਗਦਾ ਕਿ ਆਸ ਪਾਸ ਦੇ ਜਿੰਨੇ ਵੀ ਸਟੇਟ ਹੈਗੀਆਂ ਨੇ, ਹੁਣ ਇੱਕ ਕੁਛ ਸਮਾਂ ਪਹਿਲੇ ਇੱਕ ਵਿਅਕਤੀ ਆਇਆ, ਉਹਨੇ ਗੱਲ ਸੁਣਾਈ ਕਿ ਆਸ ਪਾਸ ਦੇ ਸਟੇਟ ਵਾਲੇ ਕਹਿੰਦੇ ਪਏ ਨੇ ਕਿ ਸਾਡੇ ਕਿਸਾਨ ਯੂਨੀਅਨ ਦੇ ਵਿੱਚ ਇੱਕ ਪਗੜੀ ਵਾਲਾ ਹੋਣਾ ਚਾਹੀਦਾ, ਇੱਕ ਪੱਗ ਵਾਲਾ ਬੰਦਾ ਹੋਣਾ ਚਾਹੀਦਾ। ਵਾਹ, ਬੜੀ ਵਧੀਆ ਗੱਲ ਹੈ, ਕੋਈ ਮਾੜੀ ਗੱਲ ਹੈ? ਕਿਉਂਕਿ ਸਾਡੀ ਸਿੱਖਾਂ ਨੂੰ ਉਹਨਾਂ ਨੇ ਬੜੀ ਨੁਮਾਇੰਦਗੀ ਦਿੱਤੀ, ਬਹੁਤ ਪਿਆਰ ਦਿੱਤਾ ਹੈ ਦੂਸਰੀਆਂ ਸਾਰੀਆਂ, ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਕਈ ਵਾਰੀ ਸੁਣਦਾ ਰਹਿੰਦਾ, ਆਮ ਵੀ ਉੱਥੋਂ ਦੀਆਂ ਇੰਟਰਵਿਊ ਆਉਂਦੀਆਂ ਰਹਿੰਦੀਆਂ ਨੇ, ਕਿ ਉਹ ਸਾਰੇ ਹੀ ਸਿੱਖਇਜ਼ਮ ਜਿਹੜਾ ਸੀ ਨਾ ਇਸ ਵੇਲੇ ਸੱਚ ਜਾਣਨਾ, ਇਸ ਅੰਦੋਲਨ ਨੇ ਸਿੱਖਇਜ਼ਮ ਨੂੰ ਹਾਈਲਾਈਟ ਕਰ ਦਿੱਤਾ, ਸਿੱਖਾਂ ਦੀ ਭਾਵਨਾ। ਆ ਹੁਣ ਨਕਸਲੀ ਹਮਲਾ ਹੋਇਆ, ਉੱਥੇ ਇੱਕ ਸਿੱਖ ਨੇ ਆਪਣੀ, ਆ ਤੁਸੀਂ ਪੱਗ ਦੀ ਗੱਲ ਕੀਤੀ ਹੈ, ਮੈਂ ਇਹਦਾ ਜਵਾਬ ਦੇ ਰਿਹਾ ਕਿ ਉੱਥੇ ਇੱਕ ਸਿੱਖ ਨੇ ਆਪਣੀ ਪੱਗ ਉਤਾਰ ਕੇ ਨਾਲ ਦਾ ਜਿਹੜਾ ਜਵਾਨ ਜ਼ਖਮੀ ਹੋਇਆ ਸੀ ਉਹਦੇ ਜ਼ਖਮ ਬੰਨ੍ਹੇ, ਉਹਦੀ ਜਾਨ ਬਚਾਈ, ਉਹਨੂੰ ਸਨਮਾਨ ਵਜੋਂ ਪੱਗ ਦਿੱਤੀ ਗਈ, ਕਹਿਣ ਤੋਂ ਭਾਵ ਇਸ ਪਗੜੀ ਦੀ ਜਿਹੜੀ ਇੱਜ਼ਤ ਹੋ ਰਹੀ ਹੈ ਅੱਜ, ਉਹ ਇਸ ਅੰਦੋਲਨ ਨਾਲ ਸੱਚ ਜਾਣਨਾ ਬਹੁਤ ਜ਼ਿਆਦਾ ਵਧੀਆ ਹੈ। ਔਰ ਉਹ ਚਾਹੁੰਦੇ ਨੇ ਕਿ ਇਹਨਾਂ ਦੇ ਵਿੱਚ ਕੋਈ ਸਪਿਰਿਟ ਇਹੋ ਜਿਹੀ ਆ, ਇਹਨਾਂ ਦੇ ਵਿੱਚ ਜੋਸ਼ ਹੈ, ਇਹ ਸਾਫ਼ ਨੇ, ਇਹ ਦਿਲ ਦੇ ਸਾਫ਼ ਨੇ, ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਕੋਈ ਬੇਈਮਾਨੀ ਨਹੀਂ ਕਰਨਗੇ, ਅਤੇ ਫਿਰ ਉਹ ਇਸ ਕਰਕੇ ਇਹ ਚਾਹੁੰਦੇ ਨੇ ਕਿ ਸਾਡੇ ਵਿੱਚ ਵੀ ਇੱਕ ਸਿੱਖ ਹੋਣਾ ਚਾਹੀਦਾ। ਵਧੀਆ ਗੱਲ ਹੈ, ਇਹ ਸਨਮਾਨ ਹੋਣਾ ਚਾਹੀਦਾ ਇਸ ਗੱਲ ਦੇ ਵਿੱਚ। ਫਿਰ ਤਾਂ ਲੱਗਦਾ ਕਿ ਪੂਰੇ ਪੰਜਾਬ ਨੇ ਭਾਰਤ ਦੇ ਅਲੱਗ ਅਲੱਗ ਸੂਬੇ ਨੂੰ ਦੱਸ ਦਿੱਤਾ ਵੀ ਪ੍ਰੋਟੈਸਟ ਹੁੰਦਾ ਕੀ ਹੈ, ਦੱਸਿਆ, ਜੋਸ਼ ਪੂਰਾ ਭਰਿਆ, ਕੋਈ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਔਰ ਕੋਈ ਵੀ ਅੰਦੋਲਨ ਜਿਹੜਾ ਨਾ ਉਹ ਪੰਜਾਬ ਦੀ ਧਰਤੀ ਤੋਂ ਬਗੈਰ ਹੋਰ ਕਿਸੇ ਧਰਤੀ ਤੋਂ ਨਹੀਂ ਤੁਰਿਆ, ਇਹ ਸਾਫ਼ ਕਹਿੰਦਾ, ਮਾਣ ਆ ਪੰਜਾਬ ਸਿਰਮੋਹਰ ਆ। ਜਿਵੇਂ ਹਰਿਆਣੇ ਵਾਲੇ ਸਾਫ਼ ਕਹਿੰਦੇ ਨੇ ਕਿ ਸਾਡਾ ਵੱਡਾ ਭਰਾ, ਕਿੱਡੇ ਮਾਣ ਦੀ ਗੱਲ ਹੈ ਜਦੋਂ ਕਹਿੰਦੇ ਨੇ ਸਾਡਾ ਪੰਜਾਬ ਵੱਡਾ ਭਰਾ, ਪਰ ਅਸੀਂ ਵੀ ਉਹਨੂੰ ਛੋਟਾ ਭਰਾ ਸਮਝੀਏ। ਸੋ ਇੱਕ ਗੱਲ ਮੈਂ ਹੋਰ ਕਰਾਂਗਾ ਕਿ ਇਸ ਵਕਤ ਜੋ ਸਿੱਖਇਜ਼ਮ ਨੂੰ ਬੜਾਵਾ ਮਿਲਿਆ, ਪਿਆਰ ਮਿਲਿਆ, ਇੱਜ਼ਤ ਮਿਲੀ ਹੈ, ਕਿਤੇ ਸਿੱਖੀ ਨੂੰ ਲਾਜ ਨਾ ਲੱਗ ਜਾਏ, ਕਿਤੇ ਅਸੀਂ ਮੋਰਚੇ ਨੂੰ ਵਿੱਚੇ ਨਾ ਛੱਡ ਦੇਈਏ, ਪਰ ਨਹੀਂ ਛੱਡਣਗੇ, ਯਕੀਨ ਹੈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਉਸ ਗੱਲ ਨੂੰ ਨਿਭਾਉਣਗੇ ਇਹ ਨੌਜਵਾਨ, ਇਹ ਅੱਗੇ ਹੋ ਕੇ ਲੜਨਗੇ, ਇਹ ਜਿੱਤ ਪ੍ਰਾਪਤ ਕਰਨਗੇ ਔਰ ਜਿੱਤ ਕੇ ਆਉਣਗੇ, ਔਰ ਸਤਿਗੁਰੂ ਦੀ ਕਿਰਪਾ ਚਾਹੀਦੀ, ਬਾਜਾਂ ਵਾਲੇ ਦਾ ਹੱਥ ਇਹਨਾਂ ਦੇ ਸਿਰ 'ਤੇ ਚਾਹੀਦਾ, ਇਹ ਜਿੱਤ ਕੇ ਆਉਣਗੇ। ਕਿਹਾ ਜਾਂਦਾ ਕਿ ਕਾਨੂੰਨ ਤਾਂ ਮਰ ਗਏ ਨੇ, ਇੱਕ ਡੈਥ ਸਰਟੀਫਿਕੇਟ ਚਾਹੀਦਾ। ਬਿਲਕੁਲ ਬਿਲਕੁਲ, ਹੁਣ ਤਾਂ ਜਿੱਦਾਂ ਉਹਨਾਂ ਦੇ ਮੂੰਹ 'ਚੋਂ ਇੱਕ ਕਹਿਣ ਵਾਲੀ ਗੱਲ ਬਾਕੀ ਹੈ, ਸ਼ਰਮ ਦੇ ਮਾਰੇ ਉਹ ਕਹਿ ਨਹੀਂ ਰਹੇ, ਕਿਹੜੇ ਮੂੰਹ ਨਾਲ ਆਖਣ ਕਿਸੇ ਨੂੰ ਵਾਪਸ, ਇਹ ਹੰਕਾਰ ਹੈ, ਇਹ ਹੰਕਾਰ ਹੈ, ਲੇਕਿਨ ਇਹ ਕਦ ਤੱਕ ਹੰਕਾਰ ਰਹੇਗਾ? ਇਹ ਇੱਕ ਦਿਨ ਮੋਦੀ ਨੂੰ ਕਹਿਣਾ ਪੈਣਾ, ਤੋਮਰ ਨੂੰ ਕਹਿਣਾ ਪੈਣਾ, ਅਮਿਤ ਸ਼ਾਹ ਨੂੰ ਕਹਿਣਾ ਪੈਣਾ, ਇਹਨਾਂ ਵਜ਼ੀਰਾਂ ਨੂੰ ਕਹਿਣਾ ਪੈਣਾ ਵਾ ਕਿ ਭਾਈ ਅਸੀਂ ਅਕਾਲੀ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਹਾਂ ਅਤੇ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਮੈਂ ਇੱਕ ਗੱਲ ਹੋਰ ਕਰਦਾ ਕਿ ਜਿੰਨਾ ਇਹਨੂੰ ਵਧਾਈ ਜਾ ਰਿਹਾ ਇਹ ਉਨਾ ਘੱਟ ਹੀ ਦੱਸੂਗਾ। ਸੱਚ ਜਾਣਨਾ, ਜੇ ਪਹਿਲੀ ਵਾਰੀ ਜਦੋਂ ਪ੍ਰੋਟੈਸਟ ਹੋਇਆ ਸੀ, 5-10 ਦਿਨ ਪ੍ਰੋਟੈਸਟ ਤੋਂ ਬਾਅਦ ਵਿੱਚ ਆ ਕੇ ਸਰਕਾਰ ਇਹ ਕਹਿ ਦਿੰਦੀ ਕਿ ਭਾਈ ਅਸੀਂ ਇਹ ਕਾਲੇ ਕਾਨੂੰਨ ਵਾਪਸ ਲੈ, ਧੰਨਵਾਦ ਕਰਦੇ ਹਾਂ, ਅਸੀਂ ਖਿਮਾ ਮੰਗਦੇ ਹਾਂ, ਜੋ ਤੁਹਾਡਾ ਨੁਕਸਾਨ ਹੋਇਆ ਅਸੀਂ ਉਹਦੇ ਲਈ ਮਾਫ਼ੀ ਦੇ ਜਾ ਚੁੱਕਾ। ਸੱਚ ਜਾਣਨਾ, ਭਾਜਪਾ ਲਈ ਪੰਜਾਬੀਆਂ ਦੇ ਮਨ ਵਿੱਚ ਹੋਰ ਸਤਿਕਾਰ ਵਧਣਾ ਸੀ। ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ, ਪੰਜਾਬੀ ਦੀ ਕਹਾਵਤ ਹੈ। ਹੁਣ ਜਿਉਂ ਜਿਉਂ ਇਹ ਕਾਲੇ ਕਾਨੂੰਨਾਂ ਨੂੰ ਟਾਈਮ ਲਾ ਰਿਹਾ ਵਾਪਸ ਲੈਣ 'ਚੋਂ, ਉਹਨਾਂ ਇਹਨਾਂ ਦਾ ਨੁਕਸਾਨ ਹੋ ਰਿਹਾ। ਅੱਜ ਪੰਜਾਬ ਦੀ
ਕਿਉਂਕਿ ਉਹਦੇ ਉੱਤੇ ਬਿੱਲਾ ਭਾਜਪਾ ਦਾ ਲੱਗਾ ਹੋਇਆ, ਉਹਦੇ ਉੱਤੇ ਸਟੈਂਪ ਭਾਜਪਾ ਦੀ ਲੱਗੀ ਹੋਈ ਹੈ, ਲੋਕ ਕਿਵੇਂ ਉਹਨੂੰ ਮਾਫ਼ ਕਰਨ? ਉਹਨਾਂ ਨੂੰ ਤਾਂ ਉਹਦੇ ਵਿੱਚ ਮੋਦੀ ਦੀ ਦਾ, ਉਹ ਕਾਲੇ ਕਾਨੂੰਨ ਦੀ ਦੇ, ਉਹ ਇਸ ਕਰਕੇ ਉਹਦੇ ਗਲ ਪੈਂਦੇ ਨੇ ਜੇ ਕਿਤੇ ਕੋਈ ਪੱਥਰਬਾਜ਼ੀ ਹੁੰਦੀ ਆ, ਕੁਛ ਹੁੰਦਾ। ਠੀਕ ਹੈ, ਇਹ ਨਹੀਂ ਚਾਹੀਦੀ, ਮੈਂ ਇਹਦੇ ਹੱਕ 'ਚ ਨਹੀਂ, ਸ਼ਾਂਤਮਈ ਤਰੀਕੇ ਨਾਲ ਚਾਹੀਦਾ। ਸ਼ਾਇਦ 26 ਤਰੀਕ ਦੀ ਘਟਨਾ ਨਾ ਵਾਪਰਦੀ ਅਤੇ ਅੱਜ ਸਾਡੇ ਅੰਦੋਲਨ ਦਾ ਰੂਪ ਕੁਝ ਹੋਰ ਹੋਣਾ ਸੀ। ਤਾਂ ਲੱਗਦਾ ਉੱਥੋਂ ਜੋ 26 ਤੁਸੀਂ ਜ਼ਿਕਰ ਕਰ ਰਹੇ ਹੋ, 26 ਜਨਵਰੀ ਦਾ ਉਹ ਘਟਨਾ ਜੋ ਵਾਪਰੀ ਹੈ, ਉਹ ਸਿੱਖਿਆ ਕੀ ਅਸੀਂ ਸਿੱਖ ਕੇ ਕੀ ਆਏ ਉਹਦੇ ਵਿੱਚ? ਉੱਥੇ ਕੁਝ ਅਜਿਹਾ ਨਹੀਂ ਵਾਪਰਿਆ, ਕੋਈ ਅਜਿਹਾ ਨਹੀਂ ਵਾਪਰਿਆ ਕਿ ਜਿਹਦੇ ਨਾਲ ਕੋਈ ਸਾਡਾ ਕੋਈ ਜ਼ਿਆਦਾ ਅਸੀਂ ਕੋਈ ਗੁਨਾਹ ਕਰ ਦਿੱਤਾ, ਪਰ ਸਾਡੇ ਜਿਹੜੇ ਏਮ ਸੀ ਉਹ ਥੋੜ੍ਹੀ ਜਿਹੀ, ਕਿਉਂਕਿ ਉਹਨਾਂ ਨੂੰ ਵਿਰੋਧੀ ਪਾਰਟੀ ਨੂੰ ਇੱਕ ਬਹਾਨਾ ਚਾਹੀਦਾ ਸੀ ਕਿ ਅਸੀਂ ਕੋਈ ਨਾ ਕੋਈ ਬਹਾਨਾ ਬਲੇਮ ਵਾਲਾ ਲਿਆਉਣਾ, ਅਸੀਂ ਉਹ ਬਹਾਨਾ ਉਹਨਾਂ ਨੂੰ ਦੇ ਦਿੱਤਾ। ਇਹ ਗੱਲ ਹੋਈ, ਸਿਰਫ ਇੱਕ ਬਹਾਨਾਬਾਜ਼ੀ ਆ ਉਹਨਾਂ ਦੀ, ਹੋਰ ਕੋਈ ਉੱਥੇ ਕੇਸਰੀ ਨਿਸ਼ਾਨ ਚਲਾਉਣ ਨਾਲ ਕੋਈ ਬੇਅਦਬੀ ਨਹੀਂ ਹੋਈ ਕਿਸੇ ਗੱਲ ਦੀ, ਕੋਈ ਉਹਦੇ ਉੱਤੇ ਕੋਈ ਆਤੰਕਵਾਦ ਨਹੀਂ ਆਇਆ, ਕੋਈ ਕਿਸੇ ਦੇ ਕੋਈ ਕਿਸੇ ਨੇ ਸੱਟਾਂ ਨਹੀਂ ਮਾਰੀਆਂ, ਕਿਸੇ ਨੂੰ ਮਾੜਾ ਨਹੀਂ ਕਿਹਾ, ਕੋਈ ਐਡੀ ਗੱਲ ਨਹੀਂ ਹੋਈ। ਪਰ ਲੇਕਿਨ ਉਹ ਇਹਨਾਂ ਨੂੰ ਬਹਾਨਾ ਮਿਲ ਗਿਆ, ਸਾਡਾ ਜਿਹੜਾ ਸੀ ਅੰਦੋਲਨ, ਇੱਕ ਸਪੀਡ ਫੜੀ ਹੋਈ ਸੀ ਅੰਦੋਲਨ ਸਾਡੇ ਨੇ, ਉਹਨੂੰ ਬ੍ਰੇਕ ਲੱਗ ਗਈ। ਬ੍ਰੇਕ ਲੱਗਣ ਤੋਂ ਬਾਅਦ ਹੁਣ ਫਿਰ ਸਪੀਡ ਫੜੇਗਾ, ਫਿਰ ਫੜੇਗਾ ਸਪੀਡ, ਫੜ ਰਿਹਾ ਸਪੀਡ, ਔਰ ਫਿਰ ਉਸੇ ਸਪੀਡ 'ਤੇ ਚੱਲੇਗਾ। ਸੋ ਕਹਿਣ ਤੋਂ ਭਾਵ ਆ ਜਿਹੜੇ ਸਿਆਣੇ ਲੀਡਰ ਨੇ ਉਹ ਇਹ ਸੋਚਦੇ ਨੇ ਕਿ ਸਾਡੇ ਅੰਦੋਲਨ ਨੂੰ ਬ੍ਰੇਕ ਨਾ ਲੱਗੇ, ਸਾਡੀ ਸਪੀਡ ਜਿਹੜੀ ਉਹ ਮੱਧਮ ਨਾ ਹੋਵੇ, ਕਿਸੇ ਤਰੀਕੇ ਨਾਲ ਵੀ ਉਹ ਮੱਧਮ ਨਾ ਹੋਵੇ, ਕੋਈ ਖਾਈ ਨਾ ਆਵੇ ਵਿੱਚ, ਸਾਡੀ ਅਸੀਂ ਸਪੀਡ ਦੇ ਵਿੱਚ ਤੁਰੇ ਜਾਈਏ। ਸੋ ਉਹ ਸਪੀਡ ਜਿਹੜੀ ਹੈ ਨਾ, ਸਾਨੂੰ ਸੋਚ ਨਾਲ, ਕੋਸ਼ ਦੇ ਨਾਲ ਉਹ ਸਪੀਡ ਫੜੀ ਲੈਣੀ ਚਾਹੀਦੀ ਹੈ। ਠੀਕ ਹੈ, ਜੋਸ਼ ਹੈ, ਪਰ ਜੋਸ਼ ਉੱਤੇ ਕਾਬੂ ਕਰਨਾ ਚਾਹੀਦਾ, ਇਹ ਮੇਰੇ ਨਿੱਜੀ ਵਿਚਾਰ। ਅੱਛਾ, ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਫਿਰ ਤਾਂ ਲੱਗਦਾ ਵੀ ਤੁਸੀਂ ਹੋਸ਼ ਅਤੇ ਜੋਸ਼ ਦੀ ਵੀ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਵੀ ਗੱਲ ਮੰਨਣੀ ਚਾਹੀਦੀ, 32 ਜਥੇਬੰਦੀ ਦੀ ਸਾਨੂੰ ਬੋਲਣਾ ਨਹੀਂ ਚਾਹੀਦਾ, ਸਾਨੂੰ ਮੀਡੀਆ ਅੱਗੇ ਵੀ ਨਹੀਂ ਬੋਲਣਾ ਚਾਹੀਦਾ ਵੀ ਜਿਸ ਕਿਨ ਚਰਚਾਵਾਂ ਚੱਲਦੀਆਂ ਨੇ। ਮੀਡੀਆ ਇੱਕ ਹੁੰਦਾ ਵੀ ਕਿਸੇ ਦੀ ਗੱਲ, ਮੀਡੀਆ ਕਿਸੇ ਦੀ ਗੱਲ ਰੱਖਣ ਤੋਂ ਮਨਾ ਨਹੀਂ ਕਰ ਸਕਦਾ ਜੋ ਤੱਥਾਂ ਨਾਲ ਗੱਲ ਰੱਖਦਾ, ਫਿਰ ਤੁਹਾਨੂੰ ਲੱਗਦਾ ਕਿ ਸਾਨੂੰ ਵੀ ਨਹੀਂ ਬੋਲਣਾ ਚਾਹੀਦਾ, ਨੌਜਵਾਨਾਂ ਨੂੰ ਵੀ ਚੁੱਪ ਹੋਣਾ ਚਾਹੀਦਾ ਵੀ ਕਿਸੇ ਜਥੇਬੰਦੀ ਖਿਲਾਫ ਬੋਲਿਆ ਨਾ ਜਾਵੇ, ਬੱਤੀ ਜਥੇਬੰਦੀ ਆਪਸ ਵਿੱਚ ਜੋ ਮਤਭੇਦ ਹੋ ਸਕਦੇ ਨੇ, ਆਪਸ ਵਿੱਚ ਜੋ ਨਖੇੜੇ ਹੈਗੇ ਨੇ, ਇਹ ਸਭ ਨੂੰ ਜਗ ਚਾਹੀਦਾ। ਵਿਜੇ ਜੀ, ਹੁਣ ਜਿਹੜੇ ਨੌਜਵਾਨ ਅੱਗੇ ਨੇ ਉਹ ਕੋਈ ਜਥੇਬੰਦੀ ਬਣਾਉਣ ਦੀ ਤੂੰ ਕਹਿ ਹੀ ਨਹੀਂ ਰਹਿ, ਨਹੀਂ ਕਈ ਖਿਲਾਫ ਹੀ ਬੋਲਦੇ ਪਏ ਉਹਨਾਂ ਦੇ, ਉਹ ਜੀ ਸਦਕੇ ਵਿੱਚ ਕੁਝ ਹੁੰਦੇ ਹੀ ਆ ਇਸੇ ਜੇ। ਲੇਕਿਨ ਹੁਣ ਲੱਖਾਂ ਸਦਾਣੇ ਲਾ ਲਓ, ਕਦੋਂ ਕਹਿੰਦਾ ਕਿ ਮੈਂ ਆਪਣੀ ਜੋ ਵੱਖਰੀ ਜਥੇਬੰਦੀ ਬਣਾਉਣੀ ਹੈ, ਉਹ 32ਵੀਂ ਤੋਂ 33ਵੀਂ ਜਥੇਬੰਦੀ ਕਰਕੇ ਨਹੀਂ ਕੁਛ, ਨਹੀਂ ਮੈਂ ਲੱਖੇ ਤਾਂ ਨਹੀਂ, ਹੋਰ ਬੜੇ ਨੌਜਵਾਨ ਹੈਗੇ, ਲੱਖੇ ਥੋੜ੍ਹੇ ਬਹੁਤੇ ਕੋਈ ਵਿੱਚ ਗਰਮ ਵੀ ਹੋ ਜਾਂਦੇ ਆ ਕਈ ਵਾਰੀ, ਕਿਉਂਕਿ ਘਰ ਦੇ ਵਿੱਚ ਸਾਰੇ ਜੀ ਇੱਕੋ ਜਿਹੇ ਨਹੀਂ ਹੁੰਦੇ, ਅਤੇ ਇਹ ਗੱਲ ਮੈਂ ਹੋਰ ਵੀ ਕਰਾਂ ਕਿ ਇੱਕ ਅੱਧਾ ਜੀ ਗਰਮ ਵੀ ਹੋਣਾ ਚਾਹੀਦਾ ਥੋੜ੍ਹਾ ਜਿਹਾ, ਉਹਦੇ ਨਾਲ ਹੀ ਪਰਿਵਾਰ ਸੂਤ ਰਹਿੰਦਾ, ਸੋ ਦੂਸਰਿਆਂ ਨੂੰ ਵੀ ਥੋੜ੍ਹਾ ਹੁੰਦੀ ਆ ਗੱਲ, ਸੋ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ। ਲੇਕਿਨ ਠੀਕ ਹੈ, ਫਿਰ ਵੀ ਸਾਨੂੰ ਜਿਸ ਸਪੀਡ 'ਤੇ ਜਾ ਰਹੇ ਹਾਂ ਨਾ, ਬਹੁਤ ਵਧੀਆ ਸਪੀਡ ਆ, ਬਾਕੀ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਆਪਣੇ ਜੋਸ਼ ਨੂੰ ਥੋੜ੍ਹੇ ਜਿਹੇ ਹੋਸ਼ ਵਿੱਚ ਲਿਆਉਣ, ਇਹੋ ਜਿਹਾ ਕਿ ਬਿਆਨ ਨਾ ਦੇਣ, ਇਹੋ ਜਿਹਾ ਕੋਈ ਜਿਹਦੇ ਨਾਲ ਬਜ਼ੁਰਗਾਂ ਦੀ ਜਿਹੜੀ ਸੋਚ ਆ ਉਹ ਪਾਸੇ ਨੂੰ ਜਾਵੇ। ਬੇਬਕ ਫੋਕਸ ਆਪਾਂ 3 ਕਾਲੇ ਕਾਨੂੰਨ 'ਤੇ ਹੀ ਰੱਖਣਾ, ਉੱਥੇ ਰੱਖੀਏ, ਔਰ ਉਸ ਤੋਂ ਨਹੀਂ, ਇਹ ਤਾਂ ਖੁਦ ਕਹਿ ਰਿਹਾ ਜੀ ਕਿ ਆਪਣੇ ਜੇ ਕੋਈ ਆਪਸੀ ਮਤਭੇਦ ਨੇ ਤਾਂ ਆਪਾਂ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਜਾ ਕੇ ਨਜਿੱਠਾਂਗੇ, ਉੱਥੇ ਕਰੀਏ। ਜੇ ਵੀ ਕੋਈ ਗੱਲਬਾਤ ਆ ਉਹਨੂੰ ਪਹਿਲਾਂ ਵਿਚਾਰ ਕੇ ਫਿਰ ਉਸ ਉੱਤੇ ਚੱਲੋ। ਔਰ ਜਿਵੇਂ ਹੁਣ ਗਾਂ ਮਈ ਦੇ ਵਿੱਚ ਐਕਸ਼ਨ ਕਰਨ ਲੱਗੇ ਆ, ਮਈ ਦੇ ਵਿੱਚ ਸੰਸਦ ਨੂੰ ਘੇਰਨ ਦਾ, ਅਤੇ ਉਹਦੇ ਵਿੱਚ ਸਾਨੂੰ ਪੂਰਾ ਜ਼ੋਰ ਨਾਲ ਪਹੁੰਚਣਾ ਚਾਹੀਦਾ। ਅੱਛਾ, ਮੈਂ ਨੌਜਵਾਨਾਂ ਦੀ ਗੱਲ ਕੀਤੀ, ਤਾਂ ਲੱਗਦਾ ਕਿ 32 ਜਥੇਬੰਦੀ ਨੇ ਵੀ ਸੋਚਣਾ ਚਾਹੀਦਾ ਕਿ ਉਹ ਵੀ ਇਹੋ ਜਿਹਾ ਬਿਆਨ ਨਾ ਦੇਣ ਨੌਜਵਾਨਾਂ ਦੇ ਖਿਲਾਫ, ਨੌਜਵਾਨ ਫਿਰ ਬੋਲਦੇ ਨੇ। ਨਾ ਜੀ, ਨਾ ਜਿਵੇਂ ਕੀਤੀ ਗੱਲ, ਮੈਂ ਕਿਹਾ ਜੀ ਉਹ ਜਿੱਦਾਂ ਆਉਂਦੇ ਹੁੰਦੇ ਨਾ, ਜਦ ਬੱਚੇ ਕੋਲ ਗਰਮ ਹੋਵੇ ਨਾ ਉਹਨੂੰ ਪਿਆਰ ਨਾਲ ਉਹਦੇ ਕੋਲ ਕੰਮ ਲਈਦਾ, ਉਹਦੇ ਨਾਲ ਪੜੋਸ ਕੇ ਉਹਨੂੰ ਕੰਮ ਲਈਦਾ, ਸ਼ਾਬਾਸ਼ ਪੁੱਤ ਸ਼ਾਬਾਸ਼, ਉਹ ਇਸ ਕਰਕੇ ਸ਼ਾਬਾਸ਼ ਦੇ ਕੇ ਇਹਨਾਂ ਬੱਚਿਆਂ ਨੂੰ, ਇਹਨਾਂ ਦੀ ਪਿੱਠ ਦੇ ਉੱਤੇ ਆਪਣਾ ਹੱਥ ਰੱਖ ਕੇ ਪਿਆਰ ਦਾ, ਅਤੇ ਫਿਰ ਇਹਨਾਂ ਨਾਲ ਕੋਈ ਕੰਮ ਲੈਣ। ਅਤੇ ਕਿਹੜੀ ਗੱਲ ਆ, ਇਹ ਤਾਂ ਗੱਲ ਹੀ ਕੁਛ ਨਹੀਂ ਗੀ, ਇਹ 3 ਕੀ ਇੱਥੇ 30 ਕਾਲੇ ਕਾਨੂੰਨ ਰੱਦ ਕਰਾ ਸਕਦੇ ਹਾਂ ਅਸੀਂ? ਮੈਂ ਇੱਕ ਆਖਰੀ ਸਵਾਲ ਹੈ, ਇਤਿਹਾਸ ਕਿਵੇਂ ਯਾਦ ਰੱਖੂਗਾ, ਇਹ ਇਤਿਹਾਸ ਕਿਵੇਂ ਯਾਦ ਰੱਖੂਗਾ ਜੇ ਸਿੱਖਾਂ 3 ਬਿੱਲਾਂ ਨੂੰ ਲੈ ਕੇ ਕਿਸਾਨ ਉੱਥੇ ਪਹੁੰਚਿਆ? ਕੀ ਲੱਗਦਾ ਕਿ ਸਿਲੇਬਸ ਵੀ ਆਊਗਾ, ਲੋਕਾਂ ਨੂੰ ਪੜ੍ਹਾਇਆ ਜਾਊਗਾ ਵੀ ਕਹਿੰਦੇ ਕਿਹਨੂੰ ਨੇ, ਮੋਰਚਾ ਕਿਹਨੂੰ ਕਹਿੰਦੇ? ਮੈਂ ਕਿਹਾ ਅਸੀਂ ਆਉਣ ਵਾਲੇ ਸਮੇਂ ਵਿੱਚ, ਹੁਣ ਵੀ ਗਾਉਣ 12 ਗਾਉਂਦੇ ਹਾਂ, ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਇਤਿਹਾਸ ਦੀਆਂ, ਇਸ ਮੋਰਚੇ ਦੀਆਂ 12 ਗਾਇਆ ਕਰਾਂਗੇ। ਇਹ ਸ਼ੱਕ ਵਾਲੀ ਗੱਲ ਨਹੀਂ, ਇਹ ਇੱਕ ਸਾਡਾ ਮੀਲ ਪੱਥਰ ਬਣ ਜਾਏਗਾ, ਔਰ ਆਉਣ ਵਾਲੇ ਜਿਹੜੀਆਂ ਸਾਡੀਆਂ ਨਸਲਾਂ ਉਹ ਇਹਨਾਂ ਗੱਲਾਂ ਨੂੰ ਯਾਦ ਕਰਨਗੀਆਂ। ਆਹ ਜਿਹੜੇ ਸਾਡੇ ਸ਼ਹੀਦ ਹੋਏ ਨੇ, ਇਹਨਾਂ ਦੀ ਸ਼ਹਾਦਤਾਂ ਦੇ ਚੌਂਕ ਬਣਨਗੇ, ਚੌਂਕਾਂ ਵਿੱਚ ਇਹਨਾਂ ਦੀਆਂ ਬੁੱਤ ਲੱਗਣਗੇ, ਇਹਨਾਂ ਨੂੰ ਮੰਨਿਆ ਜਾਏਗਾ, ਇਹਨਾਂ ਨੂੰ ਸਤਿਕਾਰਿਆ ਜਾਏਗਾ। ਔਰ ਇੱਥੋਂ ਇੱਕ ਹੋ ਸਕਦਾ ਕਿ ਸਾਡੀ ਕੋਈ ਕਿਸਾਨਾਂ ਦੀ ਕੋਈ ਵਧੀਆ ਪਾਰਟੀ ਵੀ ਇੱਥੋਂ ਨਿਕਲ ਕੇ ਸਾਡੇ ਜਿਹੜੇ ਪੰਜਾਬ ਦੀ ਬਾਗਡੋਰ ਨੂੰ ਸੰਭਾਲ ਸਕੇ, ਦੂਸਰੇ ਸੂਬਿਆਂ ਦੇ ਵਿੱਚੋਂ ਪਾਰਟੀ ਨਿਕਲ ਕੇ ਉਹਨਾਂ ਨੂੰ ਸੰਭਾਲ ਸਕੇ, ਅਸੀਂ ਕੋਈ ਵੱਖਰਾ ਨਿਜ਼ਾਮ, ਵਧੀਆ ਨਿਜ਼ਾਮ ਜਿਹੜਾ ਖੇਤੀ ਦੇ ਹੱਕ ਵਿੱਚ ਚੱਲਣ ਵਾਲਾ ਹੋਵੇ, ਖੇਤੀ ਦੇ ਹੱਕ ਵਿੱਚ ਬੋਲਣ ਵਾਲਾ ਹੋਵੇ, ਖੇਤੀ ਦੇ ਹੱਕ ਵਿੱਚ ਕੁਝ ਕਰਨ ਵਾਲਾ ਹੋਵੇ, ਉਹ ਨਿਜ਼ਾਮ ਬਣਾ ਸਕੀਏ।
ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਢਾਡੀ ਪਾਦਾ ਸਿੰਘ, ਜਿਨ੍ਹਾਂ ਨੇ ਕਿਸਾਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਹਰ ਪੱਖ ਸਮਾਜਿਕ ਵਿਅਕਤੀ ਹੋਵੇ ਚਾਹੇ ਧਾਰਮਿਕ ਵਿਅਕਤੀ ਹੋਵੇ, ਢਾਡੀ ਨੇ ਵੀ ਪ੍ਰਚਾਰ ਕਰਦੇ ਨੇ, ਸਿੱਖੀ ਦਾ ਪ੍ਰਚਾਰ ਕਰਦੇ ਨੇ, ਪਰ ਹਰ ਇੱਕ ਵਿਅਕਤੀ ਜੋ ਹੈ ਉਹ ਕਿਸਾਨੀ ਮੋਰਚੇ ਨਾਲ ਜੁੜਿਆ ਹੋਇਆ ਹੈ। ਗੱਲ ਇਹਨਾਂ ਨੇ ਇੱਕ ਸਪੱਸ਼ਟ ਕਹੀ ਹੈ ਵੀ ਕੋਈ ਇਹੋ ਜਿਹਾ ਬਿਆਨ ਨਾ ਦਿੱਤਾ ਜਾਵੇ, ਨਾ 32 ਜਥੇਬੰਦੀਆਂ ਵੱਲੋਂ ਅਤੇ ਨਾ ਨੌਜਵਾਨਾਂ ਵੱਲੋਂ ਕਿ ਇੱਕ ਦੂਜੇ ਦਾ ਮਨੋਬਲ ਟੁੱਟੇ। ਤਾਂ ਕਿਸਾਨੀ ਮੋਰਚੇ ਲੈ ਕੇ ਅੱਜ ਵੀ ਜੋ ਹੈ ਕਿਸਾਨ ਉੱਥੇ ਬੈਠਾ, ਗੱਲ ਤਿੰਨ ਕਾਲੇ ਕਾਨੂੰਨ ਦੀ ਹੋਣੀ ਚਾਹੀਦੀ ਹੈ, ਗੱਲ ਤਿੰਨ ਕਾਲੇ ਕਾਨੂੰਨ ਨੂੰ ਕਿਵੇਂ ਰੱਦ ਕਰਾਉਣਾ ਉਸ ਚੀਜ਼ ਦੀ ਹੋਣੀ ਚਾਹੀਦੀ। ਆਪਸ ਵਿੱਚ ਨਾ ਉਲਝੀਏ, ਜੇ ਕਿਸੇ ਨੂੰ ਕੋਈ ਸਮੱਸਿਆ ਜਾਂ ਕਿਸੇ ਵਿਚਾਰ ਨਹੀਂ ਮਿਲਦੇ, ਪੰਜਾਬ ਆ ਕੇ ਗੱਲ ਕਰ ਸਕਦਾ, ਪਰ ਦਿੱਲੀ ਜਾ ਕੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ। ਵੀਡੀਓ ਸ਼ੇਅਰ ਕਰ ਦੇਣਾ, ਪੇਜ ਨੂੰ ਲਾਈਕ ਕਰ ਦੇਣਾ, ਤਾਂ ਕਿ ਦੂਜਿਆਂ ਤੱਕ ਵੀ ਸਾਰੀ ਜਾਣਕਾਰੀ ਪਹੁੰਚ ਸਕੇ।